ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ। ਔਰ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਅੱਜ ਜਿਹੜਾ ਮੈਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਜਿਹੜਾ ਮੈਚ ਕਰਵਾਇਆ ਗਿਆ ਧੂਰੇ ਪਿੰਡ ਦੇ ਵਿੱਚ 2015 'ਚ ਕਰਵਾਇਆ ਗਿਆ। ਦੋਸਤੋ, ਇੱਕ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਕਿ ਆਲ ਓਪਨ ਟੂਰਨਾਮੈਂਟ ਕਰਵਾਇਆ ਗਿਆ ਔਰ ਮੈਚ ਸੀ ਬੇਨੜਾ ਵਰਸਿਸ ਹਰਿਆਣਾ ਦੀਆਂ ਟੀਮਾਂ ਦੇ ਵਿਚਕਾਰ। ਦੋਨੋਂ ਹੀ ਟੀਮਾਂ ਦੇ ਵਿੱਚ ਆਲ ਓਪਨ ਟੂਰਨਾਮੈਂਟ ਹੋਣ ਕਰਕੇ ਬਹੁਤ ਵਧੀਆ ਖਿਡਾਰੀ ਖੇਡ ਰਹੇ ਨੇ। ਤੁਸੀਂ ਇੰਜੋਏ ਕਰੋ ਔਰ ਦੇਖੋ ਕਿ ਇਸ ਮੈਚ ਦਾ ਬੈਸਟ ਰੇਡਰ ਜਾਂ ਜਾਫੀ ਕੌਣ ਬਣਦਾ, ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਹਰ ਮੈਚ ਦੇ ਉੱਤੇ ਬੈਸਟ ਰੇਡਰ ਅਤੇ ਜਾਫੀ ਜਿਹੜਾ ਉਹ ਕੱਢੇ ਜਾ ਰਹੇ ਸਨ। ਇੰਜੋਏ ਕਰੋ। ਲਿੰਕ ਸਿਸਟਮ ਆ ਇਹ ਕਹਿੰਦੇ ਦੀਪਾ, ਜਿੰਨੇ ਬੰਦੇ ਕੱਪੜੇ ਵਾਲੇ ਨੇ ਮੇਰੇ ਵੀਰ ਕੈਮਰੇ ਵਾਲੇ ਨੇ, ਇਹ ਕੱਲੇ ਕੱਲੇ ਹੋ ਕੇ ਰਹੋ, ਇੱਕ ਥਾਂ ਚੁੱਪੜੇ ਨਾ ਬਣਾਇਓ। ਜਿਹੜਾ ਨਹੀਂ ਪਲੇਅਰ ਖੇਡਦਾ ਬਾਹਰ ਹੋ ਜਾਓ, ਆਪਾਂ ਵੀ ਇੱਧਰ ਲਾਓ। ਲਾ ਪਹਿਲੀ ਕਬੱਡੀ, ਕਹਿੰਦੇ ਸੰਦੀਪ ਰੁੱਧਰ ਸੰਗਰੂਰ ਵਾਲਾ ਦਰਦੇ ਵਾਲਾ ਮਾਰ ਦੋ ਤਾੜੀ ਦਰਸ਼ਕ ਵੀਰੇ। ਖੇਡ ਮੈਦਾਨ ਦੇ ਵਿੱਚ ਬਾਬਾ ਕਾਲਾ ਮਹਿਰ ਜੀ ਇਹ ਵੱਡੀ ਅਪਾਰ ਕਿਰਪਾ, ਇੱਥੇ ਵਿਸ਼ਾਲ ਕੱਪ ਹੁੰਦਾ ਹੈ ਹਰ ਵਾਰ, ਇੱਥੇ ਇਧਰੋਂ ਵੇਖਾਂਗੇ। ਸਿੰਨੂ ਹਰਿਆਣੇ ਵਾਲਾ ਪੂਰੀ ਕੋਸ਼ਿਸ਼ ਕਰਦਾ ਹੈ ਪਰ ਦਿੜਵੇ ਦਾ ਸੰਦੀਪ ਸਿੰਘ। ਲਾ ਕਹਿੰਦੇ ਦੂਸਰੀ ਸਾਈਡ ਦੀਪਾ ਕਿਸਾਨ, ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਇੱਕ ਕਨੀ ਦੇ ਉੱਤੇ ਕਹਿੰਦੇ ਨੌਜਵਾਨ ਵਿੱਕੀ ਹਰੀਕੇ ਵਾਲਾ ਲੱਗਿਆ ਹੋਇਆ, ਇੱਕ ਕਨੀ ਦੇ ਉੱਤੇ ਨਾਲ ਕਹਿੰਦੇ ਸ਼ਰਨਾ ਲੱਗਿਆ ਹੋਇਆ ਨੰਦੀ ਵਰਗੇ, ਨਾਲ ਕਹਿੰਦੇ ਮੇਰੇ ਵੀਰੇ ਇੱਧਰੋਂ ਚਾਰ ਜਾਫੀਆਂ ਦੀ ਸਰਤਾਲ ਦੇ ਵਿੱਚ ਘੁੰਮਦੀ ਹੋਈ ਚੈਨ ਆ। ਇਹ ਆ ਕਹਿੰਦੇ ਸ਼ਰਨਾ ਡੱਗੋ ਰਮਾਣੇ ਵਾਲਾ ਮਾਰ ਦੋ ਤਾੜੀ ਦਰਸ਼ਕ ਵੀਰੋ। ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ, ਲੈ ਵੀ ਨੌਜਵਾਨਾਂ। ਆ ਕਹਿੰਦੇ ਬੇਅੰਤ ਸਿੰਘ ਦਾ ਪੁੱਤਰ ਮਾੜੀ ਮੁਸਤਵਾ ਦੇ ਲਾਗੇ ਕਰਕੇ ਕਹਿੰਦੇ ਮਾੜੀ ਪਿੰਡ ਆ ਇਸ ਖਿਡਾਰੀ ਦਾ, ਹੁਣ ਤੱਕ ਦੇ 36 ਮੋਟਰਸਾਈਕਲਾਂ ਦਾ ਜੇਤੂ। ਇਹ ਆ ਕਹਿੰਦੇ ਸਿਕੰਦਰ ਮਾੜੀ ਵਾਲਾ 36 ਮੋਟਰਸਾਈਕਲਾਂ ਦਾ ਜੇਤੂ। ਅੱਜ ਲੰਡੀ ਜੀਪ ਕੌਣ ਜਿੱਤਦਾ, ਸਕੂਟਰ ਕੌਣ ਜਿੱਤਦਾ, ਇਹ ਗੱਲ ਸਮੇਂ ਦੀ ਹੋਣੀ ਹੈ। ਲਾ ਫਿਰ ਮੁਕਾਬਲਾ ਮੇਰੇ ਵੀਰੇ ਸੀਲੂ ਦੇ ਨਾਲ ਤੇ ਸਿਕੰਦਰ ਪਾਣ ਦਾ ਵਾਅਦਾ ਕਰਦਾ ਹੋਇਆ ਮੈਚ ਤੇ ਸਾਡਾ ਵੀਰ ਜਸਨ। ਮੂੜ ਪਿੰਡ ਦਾ ਕਹਿੰਦੇ ਬਿੱਲੂ ਹਰਿਆਣੇ ਦਾ, ਹਰਿਆਣੇ ਵਾਲਾ ਬਿੱਲੂ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ। ਇਹ ਮੂੜ ਪਿੰਡ ਦਾ ਬਿੱਲੂ ਹੈ, ਉਧਰ ਸ਼ੰਗੇ ਵਰਗੇ, ਨਾਲ ਕਹਿੰਦੇ ਵੀ ਸੋਨਾ ਤੇ ਨਾਲ ਕਹਿੰਦੇ ਵੀ ਹਰੀਕੇ ਕਲਾਂ ਪਿੰਡ ਹੈ ਇਸ ਨੌਜਵਾਨ ਦਾ। ਹਰੀਕੇ ਕਲਾਂ ਵਾਲਾ ਵਿੱਕੀ ਕੋਸ਼ਿਸ਼ ਕਰਦਾ ਹੈ ਪਰ ਅੰਕ ਜਿਹੜਾ ਧਾਵੀ ਦੇ ਲਈ ਹੈ ਇਸ ਸਮੇਂ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ। ਜਿੱਥੋਂ ਦਾ ਕਹਿੰਦੇ ਵੀ ਕਬੱਡੀ ਦਾ ਖੇਡ ਪ੍ਰਮੋਟਰ ਬੜਾ ਪ੍ਰਸਿੱਧ ਹੈ ਉਸ ਪਿੰਡ ਦਾ, ਕਹਿੰਦੇ ਜਿਹੜਾ ਇਹ ਕਹਿੰਦੇ ਭਲੂਰ ਪਿੰਡ ਦਾ ਅਰਸ਼ੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਮੇਜਰ ਭਲੂਰ ਦਾ ਪਿੰਡ ਨੂੰ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰਦੀ ਹੈ, ਮੂਵ ਸਪਰੇ ਜਿਸ ਪ੍ਰਬੰਧਕ ਲੱਭਿਆ ਹੈ। ਲਾ ਅਰਸ਼ੀ ਕਹਿੰਦੇ ਭਲੂਰ ਪਿੰਡ ਦਾ ਖੇਡ ਦੇ ਮੈਦਾਨ ਦੇ ਵਿੱਚ ਪ੍ਰਮੋਟਰਾਂ ਦਾ ਪਿੰਡ ਹੈ, ਭਲੂਰ ਮੇਜਰ ਦਾ ਪਿੰਡ ਹੈ ਪਰ ਉਧਰ ਕਹਿੰਦੇ ਨੌਜਵਾਨ ਹਰਿਆਣੇ ਵਾਲਾ ਪੂਰੀ ਲਾ ਤਕੜਾ ਜਫਾ ਇੱਕ ਅੰਕ ਦਾ ਵਾਧਾ ਕਰਦਾ ਆਪਣੀ ਖੇਡ ਕਲੱਬ ਦੇ ਲਈ, ਅੰਕ ਜਿਹੜਾ ਇਸ ਨੌਜਵਾਨ ਦੇ ਹਿੱਸੇ ਹੈ। ਚੱਲ ਵੀ ਨੌਜਵਾਨਾਂ ਨਰੇਸ਼ ਪਾ ਫਿਰ ਕਬੱਡੀ, ਆਹ ਮੁੰਡਾ ਪੰਜਾਬ ਦੇ ਵਿੱਚ ਵੀ ਬਹੁਤ ਤਕੜਾ ਖੇਡਦਾ ਹੈ, ਇਹ ਜਖੌਲੀ ਪਿੰਡ ਦਾ ਨਰੇਸ਼ ਹੈ ਜਿਹੜਾ ਹੁਣ ਕਬੱਡੀ ਪਾਉਂਦਾ ਹੋਇਆ, ਜਖੌਲੀ ਵਾਲਾ ਨਰੇਸ਼ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਜਖੌਲੀ ਵਾਲੇ ਨਰੇਸ਼ ਦੀ ਕਹਿੰਦੇ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ, ਇਧਰੋਂ ਕਹਿੰਦੇ ਨੌਜਵਾਨ ਵੰਡ ਡੋਲ ਵਾਲਾ ਸੋਨਾ, ਕਹਿੰਦੇ ਪੰਜਾਬੀ ਫਿਲਮਾਂ ਦੀ ਐਕਟਰ ਹੀਰੋ ਕਹਿੰਦੇ ਨੀਰੂ ਬਾਜਵਾ ਦੇ ਪਿੰਡ ਦਾ ਸੋਨਾ ਬਾਂਦਰ ਡੋਣ ਦਾ ਵੱਧ ਕੇ ਟਰਾਈ ਕਰਦਾ ਤੇ ਪਾਣ ਜਿਹੜਾ ਨਰੇਸ਼ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇਹ ਕਹਿੰਦੇ ਹਰਿੰਦਰ ਸੰਧੂ ਪਰਿਵਾਰ ਦਾ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰੋਂ ਚਾਰ ਜਾਫੀ ਨੇ ਹਰਿਆਣਾ ਦੀ ਟੀਮ ਆਜ਼ਾਦ ਕਬੱਡੀ ਕਲੱਬ ਹਰਿਆਣਾ, ਇਧਰੋਂ ਟੀਟੂ ਦਾ ਕਹਿੰਦੇ ਲੱਗਿਆ ਹੋਇਆ ਜੱਫਾ, ਟੀ ਦੇ ਦਰਮਿਆਨ ਦਰਸ਼ਕਾਂ ਨੇ ਲੜਕ ਰਹੇ ਸੰਧੂ ਸਾਹਿਬ ਵੇਖੋ ਕਿਹੜਾ ਸੰਸਾਰ ਸੰਧੂ ਜੀ ਸਰਪੰਚ ਸਾਹਿਬ ਆ ਨਜ਼ਾਰਾ ਕਹਿੰਦੇ ਧੂਰੇ ਦੇ ਕਬੱਡੀ ਕੱਪ ਦਾ। ਇਹ ਆ ਕਹਿੰਦੇ ਟੀਟੂ ਹਰਿਆਣੇ ਵਾਲਾ, ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦੋ ਦਰਸ਼ਕ ਵੀਰੋ। ਜੇ ਪਹਿਲੇ ਮੈਚ ਦੀ ਹਜੇ ਚਾਰ ਕਬੱਡੀਆਂ ਪਈਆਂ ਨੇ, ਜੇ ਹੁਣੇ ਤੋਂ ਸਵਾਦ ਆ ਗਏ ਇੱਕ ਵਾਰੀ ਤਾੜੀ ਮਾਰੀਏ ਜ਼ੋਰ ਦੇ ਨਾਲ। ਇਹ ਚਾਰ ਕਬੱਡੀਆਂ ਪਈਆਂ ਨੇ ਪਿਆਰਾ ਸਾਊਂਡ ਜੀ, ਜਿਹੜੀ ਮੈਚ ਜਿਹੜੀ ਕੋਟਲੈਸ ਤੇ ਲੱਗੀ ਆ ਉਹਦੀ ਆਵਾਜ਼ ਖੋਲ ਦਿਓ, ਹੂਟਰ ਦੇ ਉੱਤੇ ਜਿਹੜੀ ਮੈਕ ਲੱਗੀ ਆ ਉਹਦੀ ਥੋੜੀ ਆਵਾਜ਼ ਖੋਲ ਦਿੱਤੀ ਜਾਵੇ, ਪਿਆਰਾ ਸਾਊਂਡ ਮੰਨ ਵੀ ਉਹਨਾਂ ਦੇ ਉੱਚੇ ਤੌਰ ਤੇ ਧੰਨਵਾਦ ਹੈ। ਪਰ ਇੱਧਰ ਕਹਿੰਦੇ ਹਰਿਆਣੇ ਦੀ ਧਰਤੀ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਪੰਜਾਬ ਦਾ ਪੇੜੇ ਪਿੰਡ ਦਾ ਨਿੰਦੀ ਕਹਿੰਦੇ ਅੱਤ ਕਰਾਉਂਦਾ ਏ, ਇੱਕ ਬੰਨੇ ਮਾਰਦਾ ਹੋਇਆ ਧੱਕੇ ਮੇਰੇ ਪੰਜਾਬੀ ਵੀਰੇ। ਅੰਕ ਜਿਹੜਾ ਜਾਫੀ ਦੇ ਲਈ ਹੈ ਇਸ ਸਮੇਂ ਪਈ ਹੋਈ
ਸ਼ਦੀਰ ਦੀ ਕਬੱਡੀ ਤੇ ਬੇਨੜੇ ਪਿੰਡ ਦਾ ਨਿੰਦੀ ਲਾ ਤਗੜਾ ਜਫਾ ਸਾਡਾ ਵੀਰ ਅੰਮ੍ਰਿਤ ਵਾਸੀਆਂ ਵਾਲਾ ਸਾਡੇ ਕਬੱਡੀ ਵਾਈ ਫਾਈ ਤੋਂ ਸਾਡੇ ਦਵਿੰਦਰ ਸਿੰਘ ਜੀ ਗਿੱਲ ਵਾਰਕਿੰਗ ਕਬੱਡੀ ਕਲੱਬ ਯੂਕੇ ਵਾਲੇ ਸਾਡੇ ਵਿਚਕਾਰ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੇ ਉੱਚੇ ਉੱਚੇ ਤੌਰ ਤੇ ਧੰਨਵਾਦ ਹੈ ਪਰ ਦਿੜਵੇ ਦਾ ਸੰਦੀਪ ਸਿੰਘ ਕਬੱਡੀ ਪਾਉਂਦਾ ਹੋਇਆ ਹੁਣ ਦੀਪ ਵਰਗੇ ਨਾਲ ਸ਼ੀਨੂ ਵਰਗੇ ਸੰਜੂ ਵਰਗੇ ਚਾਰ ਜਾਫੀ ਨੇ ਇੱਕ ਬੰਨੇ ਮੁੰਡਾ ਪੁੱਠੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅੰਕ ਜਿਹੜਾ ਸੰਦੀਪ ਸਿੰਘ ਇਹ ਘਮਾਣ ਪਰਿਵਾਰ ਦਾ ਮੁੰਡਾ ਹੈ ਇਸ ਸਮੇਂ ਅੰਕ ਦਾ ਵਾਅਦਾ ਕਰਦਾ ਹੋਇਆ ਅੰਕ ਜਿਹੜਾ ਧਾਵੀ ਦੇ ਲਈ ਸੰਜੂ ਭਾਜੀ ਸੰਜੂ ਲਾ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਫਿਰ ਹਰਿਆਣੇ ਵਾਲੇ ਦੀ ਇੱਧਰ ਪੈਂਦੀ ਹੋਈ ਕਬੱਡੀ ਹੁਣ ਆਪਾਂ ਦੇਖਾਂਗੇ ਕਪਤਾਨ ਕਬੱਡੀ ਪਾਉਂਦਾ ਹੋਇਆ ਹਰਿਆਣੇ ਵਾਲੇ ਕਪਤਾਨ ਦੀ ਕਬੱਡੀ ਤੇ ਆ ਮੁੰਡਾ ਕਹਿੰਦੇ ਇਸ ਵਾਰ ਜਦੋਂ ਕਹਿੰਦੇ ਵੀ ਖੇਡਿਆ ਇਹ ਨੌਜਵਾਨ ਨੇ ਧੰਨ ਧੰਨ ਕਰਵਾਈ ਇੰਗਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਵੀ ਪਰ ਕਪਤਾਨ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਸ਼ਰਨਾ ਸਗ ਸ਼ਰਨਾ ਕਹਿੰਦੇ ਡੱਗੋ ਰਮਾਣੇ ਪਿੰਡ ਦਾ ਪੂਰੀ ਕੋਸ਼ਿਸ਼ ਕਰਦਾ ਹੈ ਪਰ ਦੂਸਰੇ ਬੰਨੇ ਦੁਨੀਆਂ ਦੇ ਵਿੱਚ ਨਾਂ ਗੂੰਜਦਾ ਇਸ ਨੌਜਵਾਨ ਦਾ ਲੋ ਖੇਡ ਕਬੱਡੀ ਦਾ ਸੁਪਰ ਸਟਾਰ ਕਿ ਵੱਜਣਗੀਆਂ ਕੈਂਚੀਆਂ ਨਾਲੇ ਧੌਣ ਤੇ ਤਫੇ ਦੀ ਚਟਾਨਾਂ ਦੇ ਵਾਂਗੂ ਅੱਜ ਕੌਣ ਟਕਰਾਊਗਾ ਲਓ ਕਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਅੰਕ ਜਿਹੜਾ ਧਾਵੀ ਦੇ ਲਈ ਜੁੜਦਾ ਹੋਇਆ ਕਿਸਾਨ ਪਿੰਡ ਦਾ ਦੀਪਾ ਕਬੱਡੀ ਪਾਉਣ ਦੇ ਲਈ ਵਾਧਾ ਦੀਪੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੁਨੀਆ ਢੱਕੋ ਟੱਕੀ ਖੜ ਕੇ ਆਦੇ ਟੂਰਨਾਮੈਂਟ ਦਾ ਆਨੰਦ ਮਾਣਦੀ ਹੈ ਇਹ ਆ ਕਹਿੰਦੇ ਕਿਸਾਨ ਵਾਲਾ ਦੀਪਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰੋਂ ਕਹਿੰਦੇ ਚਾਰ ਜਾਫੀ ਨੇ ਕੈਨੇਡਾ ਦੇ ਖੇਡ ਸੀਜ਼ਨ ਦੇ ਵਿੱਚ ਅੰਮ੍ਰਿਤ ਵਾਸੀਆਂ ਕਹਿੰਦਾ ਵਾਈ ਫਾਈ ਪੇਜ ਦੇ ਉੱਤੇ ਇਸ ਖਿਡਾਰੀ ਦੀ ਗੱਲ ਹੋਣੀ ਆ ਇਹ ਆ ਵਿੱਕੀ ਹਰੀਕੇ ਵਾਲਾ ਤੇ ਦੀਪਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਧਾ ਕਰਦਾ ਹੋਇਆ ਆ ਵੀ ਨੌਜਵਾਨਾਂ ਭਲੂਰ ਵਾਲੇ ਆ ਪਾ ਕਬੱਡੀ ਲਾ ਭਲੂਰ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅਰਸੀ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਉਧਰੋਂ ਕਹਿੰਦੇ ਨੀਟੂ ਵਰਗੇ ਨੀਟੇ ਵਰਗੇ ਨਾਲ ਕਹਿੰਦੇ ਸੀਲੂ ਵਰਗੇ ਚਾਰ ਜਾਫੀਆਂ ਦੀ ਸੁਲਤਾਨ ਦੇ ਵਿੱਚ ਸੇਡੇ ਵਰਗਿਆਂ ਦੀ ਕਾਲੇ ਵਰਗਿਆਂ ਦੀ ਘੁੰਮਦੀ ਹੋਈ ਚੇਨ ਆ ਲਾ ਕਹਿੰਦੇ ਨੀਟੂ ਪਰ ਪਾਣ ਜਿਹੜਾ ਨੌਜਵਾਨ ਅਰਸ਼ੀ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਬਹੁਤ ਬਹੁਤ ਧੰਨਵਾਦ ਮੈਂ ਤੇ ਸਾਡਾ ਵੀਰ ਜਸ਼ਨ ਕਿ ਵੱਜਣਗੀਆਂ ਕੈਂਚੀਆਂ ਨਾਲੇ ਧੌਣ ਤੇ ਤਫੇ ਦੀ ਚਟਾਨਾਂ ਦੇ ਵਾਂਗੂ ਅੱਜ ਕੌਣ ਟਕਰਾਊਗਾ ਮੋੜੂਗਾ ਮੁੱਖ ਅੱਜ ਕੌਣ ਛੂਕਦੇ ਤੂਫਾਨਾਂ ਦੇ ਖੇਡ ਆਪਣੀ ਦਾ ਕਿਹੜਾ ਲੋਹਾ ਮਨਵਾਊਗਾ ਖਾਧੀ ਹੋਈ ਖੁਰਾਕ ਅਤੇ ਕੀਤੀ ਹੋਈ ਮਿਹਨਤ ਦਾ ਪਤਾ ਅੱਜ ਲੱਗ ਜੂ ਅੱਜ ਦੇ ਕੱਪ ਤੇ ਕੌਣ ਬੈਸਟ ਪਾਵੇਗਾ ਆ ਹਰ ਨੌਜਵਾਨ ਬੈਸਟਾਂ ਦੇ ਤੌਰ ਤੇ ਖੇਡਦਾ ਹੈ ਮੂੜ ਪਿੰਡ ਦਾ ਬਿੱਲੂ ਕਹਿੰਦੇ ਹਰਿਆਣੇ ਦੇ ਵਿੱਚ ਨਾਂ ਚੱਲਦਾ ਮੁੰਡੇ ਦਾ ਜਿੱਦਾਂ ਕਹਿੰਦੇ ਵੀ ਇੱਕ ਹਰਿਆਣੇ ਦਾ ਲੁੱਦਰ ਖੇਡ ਰਿਹਾ ਤੇ ਇੱਕ ਪੰਜਾਬ ਦਾ ਲੁੱਦਰ ਖੇਡ ਰਿਹਾ ਤੇ ਮੁੰਡਾ ਕਹਿੰਦੇ ਜਦੋਂ 13 ਦਾ ਸੀਜ਼ਨ ਖੇਡਿਆ ਤਾਂ ਰਿਕਾਰਡ ਬਣਿਆ ਵੀ ਲੁੱਦਰ ਨੇ ਚਾਰ ਕੱਪ ਜਿਹੜੇ ਬੈਸਟ ਬਣਦੇ ਕੈਨੇਡਾ ਦਾ ਬੈਸਟ ਰਿਹਾ ਇੰਗਲੈਂਡ ਦਾ ਬੈਸਟ ਰਿਹਾ ਆਹ ਮੁੰਡਾ ਕਹਿੰਦੇ ਸੰਦੀਪ ਸਿੰਘ ਪਰ ਸੰਜੂ ਨੇ ਕੋਸ਼ਿਸ਼ ਕੀਤੀ ਹੈ ਲੁੱਦਰ ਕਹਿੰਦੇ ਦੁਨੀਆ ਦੂਸਰਾ ਹਰਜੀਤ ਮੰਨਦੀ ਹੈ ਦੂਸਰਾ ਹਰਜੀਤ ਮੰਨਦੀ ਹੈ ਇਹ ਹੈ ਸਾਡੀ ਖੇਡ ਕਬੱਡੀ ਦਾ ਪੁਸ਼ਮ ਭਤਾਮੇ ਦੇ ਤੌਰ ਤੇ ਦੁਨੀਆ ਮੰਨੇਗੀ ਪਰ ਇੱਧਰ ਕਹਿੰਦੇ ਵੀ ਜਖੌਲੀ ਪਿੰਡ ਦਾ ਨਰੇਸ਼ ਕਬੱਡੀ ਪਾਉਂਦਾ ਹੋਇਆ ਵਿੱਕੀ ਕਹਿੰਦੇ ਵੀ ਹਰੀਕੇ ਕਲਾ ਪਿੰਡ ਦਾ ਮੁੰਡਾ ਢਾ ਕੇ ਹਿੱਕ ਤੇ ਬੈਠਣ ਦਾ ਬੜਾ ਕਹਿੰਦੇ ਅੱਤ ਜਾਫੀਆ ਮਾਰੋ ਕਰੋ ਤਾੜੀ ਮੁੰਡੇ ਦੇ ਨਾਤੇ ਇਹ ਹੈ ਵਿੱਕੀ ਵਿੱਕੀ ਹਰੀਕੇ ਕਲਾ ਪਿੰਡ ਵਾਲਾ ਪੂਰੀ ਕੋਸ਼ਿਸ਼ ਕਰਦਾ ਇੱਕ ਬੰਦੇ ਨਰੇਸ਼ 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 ਜਖੌਲੀ ਪਿੰਡ ਦਾ ਨਰੇਸ਼ ਇੱਕ ਅੰਕ ਦਾ ਵਾਅਦਾ ਕਰ ਗਿਆ ਹੈ ਆਪਣੀ ਟੀਮ ਦੇ ਲਈ ਇਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਕਬੱਡੀ ਕਲੱਬ ਹਰਿਆਣਾ ਤੇ ਕਲਸੀਆਂ ਦਾ ਮੈਚ ਖੇਡਿਆ ਜਾਣਾ ਹੈ ਟੀਮਾਂ ਗਰਾਊਂਡ ਦੇ ਵਿੱਚ ਕਬੱਡੀ ਜਿਹੜੀ ਟਰਨ ਬਾਈ ਟਰਨ ਹੈ ਕਬੱਡੀ ਟਰਨ ਬਾਈ ਟਰਨ ਹੋਵੇਗੀ ਇਹ ਆ ਕਹਿੰਦੇ ਬੇਅੰਤ ਸਿੰਘ ਦਾ ਪੁੱਤਰ ਬੇਅੰਤ ਸਿੰਘ ਨੂੰ ਮਾਣ ਆਪਣੇ ਪੁੱਤ ਦੀ ਖੇਡ ਦੇ ਉੱਤੇ ਇਹ ਆ ਕਹਿੰਦੇ ਮਾਰੀ ਵਾਲਾ ਸਿਕੰਦਰ 36 ਮੋਟਰਸਾਈਕਲਾਂ ਦਾ ਜੇਤੂ ਮੇਰੇ ਵੀਰੇ ਲਾ ਖੇਡ ਮੈਦਾਨ ਦੇ ਵਿੱਚ ਸਿਕੰਦਰ ਮਾਰੀ ਵਾਲ ਦੀ ਪਈ ਹੋਈ ਕਬੱਡੀ ਹੈ ਕੋ ਸਾਹਿਬ ਆਜ਼ਾਦ ਕਬੱਡੀ ਕਲੱਬ ਹਰਿਆਣਾ ਦੇ ਇਹਨਾਂ ਦੀ ਟੀਮ ਦਾ ਧੰਨਵਾਦ ਆ ਲਾ ਮੈਦਾਨ ਦੇ ਵਿੱਚ ਮਾਰੀ ਵਾਲ ਦੀ ਪਈ ਹੋਈ ਕਬੱਡੀ ਦੇ ਉੱਤੇ ਹਲਕਾ ਫੁੱਲ ਵਰਗਾ ਅਟੈਕ ਆ ਤੇ ਦੀਪ ਦੇ ਨਾਲ ਅਟੈਕ ਹੋਇਆ ਤੇ ਪਾਣ ਜਿਹੜਾ ਮੇਰੇ ਵੀਰੇ ਸਿਕੰਦਰ ਦੀ ਟੀਮ ਦੇ ਲਈ ਜੁੜਦਾ ਹੋਇਆ ਸੁਧੀਰ ਅਗਲੀ ਕਬੱਡੀ ਪਾਉਣ ਦੀ ਮੈਦਾਨ ਦੇ ਵਿੱਚ ਹਰਿਆਣੇ ਵਾਲਾ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਦੁਨੀਆ ਕਹਿੰਦੇ ਢੱਕੋ ਟੱਕੀ ਖੜੀ ਆ ਅੱਜ ਦੇ ਇਸ ਟੂਰਨਾਮੈਂਟ ਦੇ ਉੱਤੇ ਲਾ ਖੇਡ ਮੈਦਾਨ ਦੇ ਵਿੱਚ ਉਧਰੋਂ ਹੁਣ ਕਿਹੜਾ ਜਾਫੀ ਵੱਧ ਕੇ ਟਰਾਈ ਕਰਦਾ ਇਹ ਆ ਨੌਜਵਾਨ ਹਰਿਆਣੇ ਦੀ ਆਜ਼ਾਦ ਕਬੱਡੀ ਕਲੱਬ ਦਾ ਪਾਉਣ ਦਾ ਵਾਅਦਾ ਕਰਦਾ ਹੋਇਆ ਲੈ ਵੀ ਜਸ਼ਨ ਭਲੂਰ ਵਾਲੇ ਭਲੂਰ ਪਿੰਡ ਦਾ ਅਰਸ਼ੀ ਕਹਿੰਦੇ ਕਬੱਡੀ ਪਾਉਂਦਾ ਖੇਡਦੇ ਮੈਦਾਨ ਦੇ ਵਿੱਚ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਬਹਿੰਦਾ ਜਵਾਨਾਂ ਸਾਰਾ ਖੜ ਖੜ ਕੇ ਸਾਨਾਂ ਦੇ ਪੁਰਾਂ ਦੇ ਵਿੱਚ ਭੇੜ ਹੋਣੇ ਆ
कि रेडरां ने पाउणियां ने रेडां उत्तों जाफियां ने लाओ खेड़ दे मैदान दे विच अरशी दी कबड्डी उधर आपां दिख रहे कोशिश इस नौजवान की अंक जिहड़ा कहिंदे वी नौजवान यह है टिंकू हरियाणे वाला ला तकड़ा जफा एक अंक का वादा करता होया चल भी चोबरा पा फिर कबड्डी लाओ इधर हरियाणे की धरती का कहिंदे वी सुपर स्टार तौर पर यह नौजवान खेड़ता है किसान पिंड दीपे का लाओ खेड़ दे मैदान दे विच दहाड़ता होया मोढ़े दे उत्ते शेर पाउंदा होया कबड्डी विक्की नाल निंदी ते नाल कहिंदे वी सोने वर्गे नाल शरना कहिंदे डगर मणी दा पूरी कोशिश करदा है पर अंक जिहड़ा किसान पिंड दे दीपे दे हिस्से जुड़दा होया लाओ खेड़ दे मैदान दे विच संदीप सिंह इस समय कबड्डी पाउंदा होया संदीप सिंह संदीप सन ते दीप दा मेल है साडी खेड़ कबड्डी दा मुंडा कबड्डी पाउंदा होया लाओ संदीप दिड़बे वाल जी कहिंदे दुनिया दीवानी आ ये लंडियां दीपां दा जेतू आ बुलटां दा मोटरसाइकलां दा जेतू लाओ खेड़ मैदान दे विच पर दूसरे बन्ने खुच पट्टी है कहिंदे संजू ने पर संदीप मेरे वीरियो पाण दा वादा करदा होया अपनी टीम दे लई आ भी नौजवाना पाक पर हां पहली वाटर ब्रेक अज दे इस मैच दी पहली वाटर ब्रेक बहुत बहुत धन्यवाद जरूरी सूचनावां दे लई माइक को वाटर ब्रेक है जी वाटर ब्रेक दे स्कोर जरूर दस दिए आपां पहली वाटर ब्रेक दे विच तीस कैंक दी जिहड़ी ब्रेक है ये नोट कर लैण खिडारी वीर पानी पी लैण अपना उधर अद्धे समय दे नंबर ना जी पहली वाटर ब्रेक समय दे जिहड़े नंबर ने आयाद कबड्डी क्लब हरियाणा दे नंबर ने 11 बाबा बुड्ढा जी क्लब बेनड़े दे 10.5 नंबर ने ताड़ी मारो अद्धे नंबर दे फर्क दे नाल मैच खेडा जा रहा है अद्धे नंबर दे फर्क दे नाल 10.5 ते 11 दे फर्क है खेड कबड्डी दा अद्धा नंबर जिहड़ा माजना बहुत तगड़ा है जे मैच दा स्वाद आ रहा है एक बारी ताड़ी मारो करा दोनों टीमां दे नाते दोनों टीमां मन्नियां परमन्नियां टीमां पर इधर बिल्लू मूड की धरती का कबड्डी पाता होया हरियाणे वाला बिल्लू अज संसार संधु हरपी संधु हुणियां दा कप कहिंदे सिखरां नूं सो गया है जिथे दुनिया के पहले मैच दे विच ही कबड्डी दे सुपर स्टार ने पर कहिंदे माड़ी वाला अगली कबड्डी पाउण दे लई सिकंदर दुनिया दीवानी है इस नौजवान की लाओ खेड के मैदान दे विच कबड्डी पाउंदा होया काले वर्गे नाल शीलू ते नाल संजू ते नाल दीप हुण चार जाफियां दे विचों संजू हरियाणे वाला पूरी कोशिश करदा है पर अंक जिहड़ा सामने आपां देख रहे माड़ी वाला सिकंदर अपनी खेड क्लब बाबा बुड्ढा जी क्लब बेनड़े की खेड क्लब दे लई एक अंक का वादा करता होया चारवी चोबरा सुधीर से पा फिर कबड्डी सौंगल पिंड का सुधीर कबड्डी पाता होया सुधीर कहने कबड्डी पाने लई मैदान दे विच वाधा होया पूरी तैयारी दे नाल उधरों कहने हरदीप बेनड़े वाला नवी उम्र का जाफी है डीएवी कबड्डी क्लब जलंधर दे खेलदा नाल इक कन्नी दे उत्ते कहने हरदीप बेनड़े वाला पाडा लग्या होया इधरों सुधीर दे नाल मुकाबला कहने सख्ता पाडे दा लाओ खेड मैदान विच संसार संधु सरपंच कहना नजारा वखरा संधु जी वेखोगे ना यह आ कहने अज धूरे का कबड्डी कप हरिंदर बैनीपाल बैठा नाल साडा वीर जग्गी बैनीपाल बैठा कहने नजारा वखरा अरसी कबड्डी पाउंदी अज दे कबड्डी कप ते बस सत्कारयोग शख्सियत गुरमेल सिंह जी कोच साहब विशेष तौर पर पूजो ने बहुत बड़े योगदान ने नाल साडा वीर प्रीत चीमा प्रीतम भलवान होनी अज दे कबड्डी कप ते साडे समुचे स्पोंसर ने मनवीर औजले होनी बहुत बड़ी देन है साडे वीर बबल कनेडा अज दे कबड्डी कप दे लई बहुत बड़े योगदान ने नाल कहिंदे गुरमेल प्रधान जी उच्चे जे तौर ते पुज्जे ने उहनां दे उच्चे जे तौर ते धन्नवाद है पर ग्राउंड दे विच किसान पिंड दा दीपक कहिंदे कबड्डी पाउंदा होया दीपक किसान वाला बेनड़े पिंड दा नंदी कहिंदे जदों खेड़दा फिर अत कराउंदा मारो करो ताड़ी बापू गुरमेल सिंह दा पुत बापू गुरमेल सिंह दा पुत जेकर नंदी दी खेड़ नूं प्यार करदे इक वार ताड़ी मार के दसो दर्शक वीरो ਇਹ ਆ ਕਹਿੰਦੇ ਜਾਲਮ ਜਾਫੀ ਕਬੱਡੀ ਦਾ ਸੰਦੀਪ ਲੁੱਧਰ ਆ ਗਿਆ ਕਹਿੰਦੇ ਦਿੜਵੇ ਵਾਲਾ ਇੱਕ ਇੱਕ ਮੈਚ ਦੇ ਵਿੱਚ ਲਗਾਤਾਰ ਕਬੱਡੀਆਂ ਪਾਉਣ ਦਾ ਕਹਿੰਦੇ ਦਮ ਰੱਖਦਾ ਉਧਰੋਂ ਲਾਲੀ ਸਰਦਾਰ ਕਹਿੰਦਾ ਨਜ਼ਾਰਾ ਵੱਖਰਾ ਨਾਲ ਜੀਤ ਮਾਰ ਹੋਣੀ ਕਹਿੰਦੇ ਨਜ਼ਾਰਾ ਵੱਖਰਾ ਲਾ ਇਹ ਆ ਕਹਿੰਦੇ ਸੰਦੀਪ ਲੁੱਧਰ ਦਿੜਵੇ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੀ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ
ਉਧਰੋਂ ਕਹਿੰਦੇ ਚਾਰ ਜਾਫੀਆਂ ਦੇ ਵਿੱਚੋਂ ਆਜ਼ਾਦ ਕਬੱਡੀ ਕਲੱਬ ਹਰਿਆਣਾ ਦੀ ਟੀਮ ਦਾ ਹੁਣ ਕਿਹੜਾ ਜਾਫੀ? ਇਹ ਕਹਿੰਦੇ ਕਾਲਾ 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 ਹਰਿਆਣੇ ਵਾਲਾ ਕਾਲਾ ਮਾਰ ਦੋ ਤਾੜੀ ਦਰਸ਼ਕ ਵੀਰੋ ਸੰਸਾਰ ਸੰਧੂ ਜੀ ਸਰਪੰਚ ਸਾਹਿਬ ਸਵਾਲ ਅੰਮ੍ਰਿਤ ਵਸੀਆਂ ਦਾ ਵਾਈਫਾਈ ਪੇਜ ਵਾਲਾ ਵੀ ਪੁੱਜਾ ਹੋਇਆ ਕਹਿੰਦਾ ਅੱਜ ਇੱਕ ਇੱਕ ਮੈਚ ਦੀ ਅਪਡੇਟ ਪਾਈ ਜਾਣੀ ਹੈ, ਨਾਲ ਸੋਨੂੰ ਭੱਠ ਲਾਉਣੀ ਝਨੇਰ ਵਾਲੇ ਉਹ ਵੀ ਆਪਣੇ ਮਿੱਤਰਾਂ ਦੇ ਨਾਲ ਪਹੁੰਚੇ ਹੋਏ ਨੇ। ਧੰਨਵਾਦ ਆ ਬੇਅੰਤ ਸਿੰਘ ਨੂੰ, ਮਾਣ ਆਪਣੇ ਪੁੱਤਰ ਦੀ ਖੇਡ ਦੇ ਉੱਤੇ। ਇਹ ਆ ਮਾੜੀ ਵਾਲਾ ਸਿਕੰਦਰ ਅਗਲੀ ਕਬੱਡੀ ਪਾਉਣ ਲਈ, ਇੱਕ ਕਹਿੰਦੇ ਨੌਜਵਾਨ ਸਿਕੰਦਰ ਦੀ ਪਈ ਹੋਈ ਕਬੱਡੀ। ਉਧਰੋਂ ਮਨਵੀਰ ਔਜਲਾ ਜੀ, ਡਾਕਟਰ ਹਰਜਿੰਦਰ ਸਿੰਘ ਜੀ ਅਮਰੀਕਾ ਯੂਨਾਈਟਿਡ ਸਟੇਟ ਸਿਕੰਦਰ ਦੀ ਦੇਖ, ਸ਼ੀਲੂ ਕਹਿੰਦੇ ਸ਼ੀਲੂ ਛੋਟਾ ਸ਼ੀਲੂ ਹਰਿਆਣਾ ਵਾਲਾ ਮੂੰਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ। ਮੂੰਹ ਸਪਰੇ ਗਰਾਊਂਡ ਦੇ ਵਿੱਚ ਨਰੇਸ਼ ਵੀ ਕਹਿੰਦੇ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ, ਇੱਕ ਇੱਕ ਕਬੱਡੀ ਤੇ ਦਰਸ਼ਕਾਂ ਨੂੰ ਨਜ਼ਾਰਾ ਆ ਰਿਹਾ, ਇੱਕ ਇੱਕ ਜੱਫੇ ਦੇ ਉੱਤੇ ਦਰਸ਼ਕਾਂ ਨੂੰ ਨਜ਼ਾਰਾ ਆ ਰਿਹਾ। ਲਾ ਖੇਡ ਮੈਦਾਨ ਦੇ ਵਿੱਚ ਨਰੇਸ਼ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਆ ਵੀ ਭਲੂਰ ਵਾਲਿਆ ਪਾ ਕਬੱਡੀ ਅਰਸ਼ੀ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਵਧਿਆ ਕਰ ਤੂੰ ਅੱਗੇ ਨੂੰ, ਨਾ ਪੈਰ ਪਿਛਾਂ ਨੂੰ ਧਰਿਆ ਕਰ, ਨਾ ਖੇਡ ਕਿਸੇ ਦੀ ਵੇਖ ਕੇ ਅੰਦਰੋਂ ਅੰਦਰੀ ਸੜਿਆ ਕਰ, ਕਿ ਢਾਈ ਦਿਨ ਦੀ ਜਿੰਦਗਾਨੀ ਬਹੁਤਾ ਮਾਣ ਨਾ ਕਰਿਆ ਕਰ, ਬਾਨਾ ਜੇ ਫਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ, ਬਾਨਾ ਜੇ ਫਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ। ਅਰਸ਼ੀ ਕਹਿੰਦੇ ਭਲੂਰ ਵਾਲਾ ਆਪਣੀ ਟੀਮ ਦੇ ਲਈ ਲੱਖਾਂ ਜੇ ਪਾਉਣ ਦਾ ਵਾਅਦਾ ਕਰਦਾ ਹੋਇਆ। ਇਹ ਆ ਕਹਿੰਦੇ ਦੀਪਾ ਕਿਸਾਨ ਪਿੰਡ ਦਾ, ਇੱਕ ਕਿਸਾਨ ਦਰਸ਼ਕੋ, ਕਿਸਾਨ ਅੱਜ ਖੇਤਾਂ ਦੇ ਵਿੱਚ ਕੰਮ ਛੱਡ ਕੇ ਆਏ ਨੇ ਅੱਜ ਵਿਚਕਾਰ, ਕਿ ਧੂਰੇ ਦਾ ਕਬੱਡੀ ਕੱਪ ਜ਼ਰੂਰ ਵੇਖਣਾ। ਇਹ ਆ ਕਿਸਾਨ ਪਿੰਡ ਵਾਲਾ ਦੀਪਾ, ਲਓ ਵਿੱਕੀ ਹਰੀ ਕਿਆ ਵਾਲਾ, ਇਹ ਟੀਮ ਜਿਹੜੀ ਹਰਿਆਣੇ ਦੀ ਪੁੱਜੀ ਹੈ, ਇਹ ਸਾਡੇ ਵੀਰ ਹਰਪ੍ਰੀਤ ਸੰਧੂ ਉਹਨਾਂ ਦੇ, ਸਾਡੂ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਦੇ ਸੱਦੇ ਤੇ, ਚੀਕੇ ਵਾਲਿਆਂ ਦੇ ਸੱਦੇ ਤੇ ਪੁੱਜੀ ਇਹ ਟੀਮ ਜਿਹੜੀ ਇੱਧਰ ਪ੍ਰਦਰਸ਼ਨ ਕਰ ਰਹੀ ਆ। ਆਜ਼ਾਦ ਕਬੱਡੀ ਕਲੱਬ ਹਰਿਆਣੇ ਦੀ ਟੀਮ ਜਿਹੜੀ ਬਲਜੀਤ ਸਿੰਘ ਜੀ, ਚੀਕੇ ਵਾਲੇ ਸਾਡੇ ਹਰਪ੍ਰੀਤ ਸੰਧੂ ਕਬੱਡੀ ਦਾ ਮਹਾਨ ਬੁਲਾਰਾ ਹੈ, ਉਹਦੇ ਸਾਧੂ ਸਾਹਿਬ ਦੇ ਸੱਦੇ ਤੇ ਪੁੱਜੀ ਹੈ। ਪਰ ਕਹਿੰਦੇ ਘਮਾਣ ਪਰਿਵਾਰ ਦਾ ਸੰਦੀਪ ਸਿੰਘ ਕਬੱਡੀ ਪਾਉਂਦਾ ਹੋਇਆ, ਉਧਰੋਂ ਸਾਡੇ ਬਲਜੀਤ ਸਿੰਘ ਜੀ ਚੀਕੇ ਵਾਲੇ ਸਾਡੇ ਸੰਧੂ ਭਰਾ ਦੇ ਸਾਧੂ ਸਾਹਿਬ ਨੇ, ਜਦ ਹਰਿਆਣੇ ਦੇ ਵਿੱਚ ਸੰਧੂ ਉਹਨਾਂ ਦੇ ਨਾਲ ਜਾਈਦਾ ਤਾਂ ਵੱਡਾ ਮਾਣ ਕਰਦੇ ਨੇ। ਇਹ ਕਹਿੰਦੇ ਹਰਿਆਣੇ ਵਾਲਾ ਦਰਸ਼ਕ ਵੀਰੋ ਮਾਰ ਦੋ ਤਾੜੀ ਸਿੱਧੂ ਸਿੱਧੂ ਦਾ ਲੱਗਿਆ ਹੋਇਆ ਜੱਫਾ ਸਿੱਧੂ ਵੀਰੋ। ਸਵਰਨ ਸੰਧੂ ਜੀ, ਹਰਪ੍ਰੀਤ ਸੰਧੂ ਜੀ, ਅਨੇਕਾਂ ਟੂਰਨਾਮੈਂਟਾਂ ਤੇ ਜਾਈਦਾ, ਦਰਸ਼ਕਾਂ ਨੂੰ ਕਹਿ ਕੇ ਤਾੜੀ ਮਰਵਾਈ ਦੀ ਆ, ਅੱਜ ਤਾੜੀ ਮਾਰ ਦੋ ਦਰਸ਼ਕ ਵੀਰੋ। ਬਿਨਾਂ ਕਹੇ ਲੋਕ ਭੰਗੜਾ ਪਾ ਰਹੇ ਨੇ, ਤਾੜੀਆਂ ਵੱਜ ਰਹੀਆਂ ਨੇ, ਡਬਲ ਟੱਚ ਹੋ ਗਿਆ, ਬਿੱਲੂ ਅੰਕ ਦਾ ਵਾਅਦਾ ਕਰ ਗਿਆ। ਬਿੱਲੂ ਮੂੜ ਦੀ ਧਰਤੀ ਦਾ ਮੂੜ ਪਿੰਡ ਹੈ ਇਸ ਨੌਜਵਾਨ ਦਾ, ਜਿੱਦਾਂ ਪਹਿਲਾਂ ਆਖਿਆ ਵੀ ਇਹ ਨੌਜਵਾਨ ਹਰਿਆਣੇ ਬੜਾ ਦੂਜਾ ਲੁੱਦਰ ਹੈ, ਪਰ ਮਾੜੀ ਪਿੰਡ ਦਾ ਸਿਕੰਦਰ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਦੁਨੀਆ ਦੀਵਾਨੀ ਹੈ ਇਸ ਨੌਜਵਾਨ ਦੀ ਖੇਡ ਦੀ, ਕਬੱਡੀ ਪਾਉਂਦਾ ਹੋਇਆ ਕਾਲਾ, ਨਾਲ ਕਹਿੰਦੇ ਵੀ ਟਿੰਕੂ, ਨਾਲ ਦੀਪ ਤੇ ਨਾਲ ਸੰਜੂ, ਇੱਕ ਬੰਨੇ ਕਹਿੰਦੇ ਦੀਪ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਅੰਕ ਜਿਹੜਾ ਇਸ ਸਮੇਂ ਮਾੜੀ ਪਿੰਡ ਦਾ ਸਿਕੰਦਰ ਆਪਣੀ ਖੇਡ ਕਲੱਬ ਦੇ ਹਿੱਸੇ ਵਾਧਾ ਕਰਦਾ ਹੋਇਆ। ਪੈਂਦੀ ਹੋਈ ਕਬੱਡੀ ਫਿਰ ਕਹਿੰਦੇ ਸੁਧੀਰ ਸੌਂਗਲ ਪਿੰਡ ਦਾ ਕਬੱਡੀ ਪਾਉਂਦਾ ਹੋਇਆ, ਸੌਂਗਲ ਵਾਲੇ ਸੁਰੀਰ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇਧਰਲੀ ਸਾਈਡ। ਦੁਨੀਆ ਦੇ ਕਹਿੰਦੇ ਰੁਸਤਮੇ ਚਾਰ ਜਾਫੀ ਨੇ, ਉਧਰ ਮਨਵੀਰ ਔਜਲਾ ਨੀਟੂ ਸੋਈ ਹੋਣੀ ਨੂ ਮਿਲੇਨੀਅਮ ਟੈਲ ਟੋਰਾਂਟੋ ਦੇ ਵਿੱਚ ਵੱਡਾ ਬਿਜ਼ਨਸ ਸਾਂਭੀ ਬੈਠੇ ਨੇ, ਉਹਨਾਂ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ, ਨਾਲ ਰਾਜੂ ਠੇਕੇਦਾਰ ਹੋਣੀ ਧੰਨਵਾਦ ਆ। ਇਹ ਹਰਦੀਪ ਪਾਡਾ ਕਹਿੰਦੇ ਦਿਓਲ ਪਰਿਵਾਰ ਦਾ ਮੈਦਾਨ ਦੇ ਵਿੱਚ, ਹਰਦੀਪ ਕਹਿੰਦੇ ਡੀਏਵੀ ਕਬੱਡੀ ਕਲੱਬ ਜਲੰਧਰ ਦੇ ਲਈ ਖੇਡਦਾ ਲੈ ਵੀ ਪ੍ਰੀਤ ਸੰਧੂ ਕਿੰਨੇ ਮਾਇਆ ਦੇ ਗੱਫੇ ਕਰਦੀ ਹੈ। ਇੱਧਰ ਆ ਕਹਿੰਦੇ ਹਰਦੀਪ ਸਵਰਨ ਸੰਧੂ ਜੀ, ਹਰਪ੍ਰੀਤ ਸੰਧੂ ਜੀ, ਨਜ਼ਾਰਾ ਵੱਖਰਾ ਤੁਹਾਡੇ ਇਸ ਟੂਰਨਾਮੈਂਟ ਦਾ। ਦੁਨੀਆ ਕਹਿੰਦੇ ਅੱਜ ਅਸ ਕਰ ਰਹੀ ਆ, ਉਧਰੋਂ ਕੌਰਾ ਕਹਿੰਦਾ ਆਉਣ ਵਾਲੀ 25 ਨਵੰਬਰ 71,000 ਤੇ 51,000 ਸੰਧੌੜ ਦੇ ਵਿੱਚ ਮੋਟਰਸਾਈਕਲ ਆਉਣਗੇ ਬੈਸਟ ਰੇਡਰ ਤੇ ਜਾਫੀਆਂ ਨੂੰ, ਨਾਲ ਸਾਡੇ ਵੀਰ ਪਹੁੰਚੇ ਹੋਏ ਨੇ, ਧੰਨਵਾਦ ਆ। 25 ਨਵੰਬਰ ਸੰਧੌੜ ਦੇ ਟੂਰਨਾਮੈਂਟ ਦੀ। ਇਧਰੋਂ ਕਹਿੰਦੇ ਨੀਟੂ ਵੱਧ ਕੇ ਟਰਾਈ ਕਰਦਾ ਮੈਦਾਨ ਦੇ ਵਿੱਚ, ਅੰਕ ਜਿਹੜਾ ਇਸ ਸਮੇਂ ਨੀਟੂ ਦੇ ਹਿੱਸੇ ਜੁੜਦਾ ਇੱਕ ਹਰਿਆਣੇ ਦਾ ਨੌਜਵਾਨ।
एक अंक का वादा करता होया पर इधर कहते कबड्डी किसान पढ़ते दीपे दी दीपा किसान वाला कबड्डी पाता है किसान पिंड है नौजवान है कबड्डी का स्टार है मुंडा लो खेड़ दे मैदान कबड्डी पा रहा बेलड़े पिंड नंदी नाल हरदीप सिंह पाटा ते शरना डगोर माने वाला डगोर माने की धरती का शरना जफा लादा होया इधर दीपा दीपा मेरे पंजाबी वीरियो मुंडा अंक का वादा कर गया अंक किसान वाला दीपा कहने भी हरियाणे की आजाद कबड्डी क्लब हरियाणे की खेड क्लब के हिस्से वादा करता है लाए आ कहने संदीप लूधर दिलवे वाला खेड मैदान उधरों गग्गी खीरा वाली अपने आप नूं वार्म अप कर लिया दर्शक वीरो ताड़ी मारो पटियाला कार बाजार वाले वीर उन्हां वल्लों 200 रुपए दे मान सन्मान ने आ कबड्डी दे उत्ते इह आ कहने नौजवान संदीप लूधर दिड़बे वाला मेरे वीरियो महान कबड्डी खिडारी उधरों फतेह सिंह पड्डे सरपंच दा पेंडू कहने नौजवान फतेह सिंह पड्डा सरपंच का पुत खीरा मालदा कहने गग्गी भी अपने आप नूं वार्म अप कर लिया अगलिया कबड्डिया दे विच देखण नूं मिलेगा ला अगली कबड्डी पाउण लई नौजवान हरियाणे वाला बिल्लू वाधा होया पूरी तैयारी दे नाल उधरों कहने चार जाफी ने हरप्रीत संधु नाल स्वर्ण संधु जिथे पंजाब की बुलंद आवाज है उत्थे संसार संधु साडा वीर संसार संधु पंजाब दे विच निर्धड़क कहने श्रोमणी अकाली दल दे विच वड्डे मान ने वीर दे आपां धन्नवाद करदे हां लव सिकंदर माड़ी वाला कबड्डी पाउण लई ते जसन गल करू साडा वीर माड़ी पिंड दा सिकंदर खेड़दे मैदान दे विच कबड्डी पाउंदा है हुण चार जाफी ने हरियाणे पिंड दा सीनू नाल कहिंदे दीप ते नाल काला ते नाल संजू कहिंदे हरियाणे वाला पर माड़ी वाला सिकंदर एक अंक का वादा करता है अपनी टीम दे लई अंक जिहड़ा धावी दे लई जुड़दा होया चल भी नौजवाना पा फिर कबड्डी इस समय जखौली पिंड दा नरेश कबड्डी पाउण दे लई वादा होया लाओ नरेश जखौली वाला हरदीप सिंह पाटा बेनड़े दा ते निंदी बेनड़े दा ते नाल कहिंदे सोना ते नाल नौजवान शरणा पर कहिंदे हरदीप सिंह पाटा बेनड़े वाला पूरी कोशिश करदा है बेनड़े वाला पाटा इधर खेड दे मैदान दे विच ला ए कहिंदे बेनड़े वाले पाटे दा तीजा दा पुत्र फतेह सिंह सरपंच दा पुत्र कृष्ण ਇਹ ਤੇ ਸਾਡੇ ਵੀਰੇ ਭਾਈ ਮੌਂਟੀ ਯੂਐਸ ਇਕਬਾਲ ਪ੍ਰਧਾਨ ਟਰੱਕ ਜੀ ਨੇ ਸ਼ੇਰਪੁਰੇ ਸਾਡੇ ਵੀਰ ਪੁੱਜਿਆ ਸਾਰੀ ਟੀਮ ਦਾ ਧੰਨਵਾਦ ਆ ਜੀਆਂ ਨੂੰ ਆਖਦੇ ਆ ਭਾਈ ਮੌਂਟੀ ਸੰਧੂ ਜੀ ਯੂਐਸ ਵਾਲੇ ਤੇ ਉਹਨਾਂ ਦੇ ਨਾਲ ਸਾਡਾ ਵੀਰ ਇਕਬਾਲ ਪ੍ਰਧਾਨ ਜੀ ਟਰੱਕ ਜੀ ਨੇ ਸਾਰੇ ਵੀਰ ਕਿਰਪਾ ਕਰਕੇ ਉੱਤੇ ਆ ਜਾਣ ਲੈ ਵੀ ਦਰਸ਼ਕ ਵੀਰਿਓ ਜਿਹੜੇ ਅੱਧੇ ਸਬੇਂਦਾ ਰਿਜ਼ਲਟ ਹੈ ਬਾਬਾ ਬੁੱਢਾ ਕਲੱਬ ਬੇਨੜਾ 18.5 ਤੇ ਹਰਿਆਣੇ ਦੇ 24 ਨੰਬਰ ਨੇ ਤੇ ਸਮੇਂ ਦਾ ਜਿਹੜਾ ਰਿਜ਼ਲਟ ਹੈ ਦਰਸ਼ਕ ਵੀਰੋ ਜੇਕਰ ਮੈਚ ਚੰਗਾ ਲੱਗਿਆ ਇੱਕ ਵਾਰ ਤਾੜੀ ਜ਼ਰੂਰ ਮਾਰ ਦਿਓ ਹਜੇ ਤੱਕ ਦਾ ਮੈਚ ਹੈ ਕਬੱਡੀ 365 ਓਵਰ ਪਾਉਂਦਾ ਪ੍ਰਦੀਪ ਟੈਣਾ ਸਾਡਾ ਵੀਰ ਲੈ ਵੀ ਪ੍ਰਦੀਪ ਅਨੇਕਾਂ ਤੁਸੀਂ ਟੂਰਨਾਮੈਂਟਾਂ ਤੇ ਜਾਂਦੇ ਹੋ ਅੱਜ ਕਿੱਦਾਂ ਪ੍ਰਬੰਧ ਲੱਗਿਆ ਤੇ ਕਿੱਦਾਂ ਟੀਮਾਂ ਨੇ ਇਹ ਧੂਰੇ ਦੇ ਕਬੱਡੀ ਕੱਪ ਬਾਰੇ ਤੁਸੀਂ ਜ਼ਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰਾ ਸਿਰੇ ਦਾ ਕੱਪ ਆ ਬਾਈ ਦਰਸ਼ਕਾਂ ਦੇ ਬੈਠਣ ਦੇ ਲਈ ਟੌਪ ਦੀ ਜਗ੍ਹਾ ਰੱਖੀ ਗਈ ਹੈ ਵੱਡੇ ਵੱਡੇ ਨਾਮ ਨੇ ਔਰ ਟੌਪ ਦੇ ਖਿਡਾਰੀ ਗਰਾਊਂਡ ਦੇ ਵਿੱਚ ਨੇ ਮੇਰੇ ਖਿਆਲ 'ਚ ਇਹਦੇ ਉੱਤੇ ਤਾਂ ਫਿਰ ਰੱਬ ਦਾ ਨਾਂ ਹੈ ਸਿਰਾ ਕਬੱਡੀ ਹੋ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰ ਦਈਏ ਆਪਾਂ ਪ੍ਰਦੀਪ ਦਾ ਤਾੜੀਆਂ ਮਾਰ ਕੇ ਅੱਜ ਇਸ ਟੂਰਨਾਮੈਂਟ ਦੇ ਉੱਤੇ ਲਾ ਦੋਨੋਂ ਟੀਮਾਂ ਨੇ ਜਿਹੜੀਆਂ ਸਾਈਡਾਂ ਨੇ ਉਹ ਚੇਂਜ ਕੀਤੀਆਂ ਨੇ ਸਾਡੇ ਪੁਆਇੰਟਾਂ ਵਾਲੇ ਵੀਰ ਵੀ ਆਪਣੇ ਆਪ ਨੂੰ ਐਡਜਸਟ ਕਰ ਲੈਣ ਇੱਧਰ ਚੇਂਜ ਕਰ ਲੈਣ ਬਹੁਤ ਬਹੁਤ ਧੰਨਵਾਦ ਹੈ अगले मैच दीआं टीमां साडा वी जसन दसेगा ग्राउंड दे विच इस तों बाद महाराणा प्रताप कबड्डी क्लब हरियाणा ते कलसियां दा मैच होना है महाराणा प्रताप कबड्डी क्लब हरियाणा ते कलसियां दूसरा मैच लई ग्राउंड दे विच टीमां आउणगीआं अते समा इस मैच दा समापत है सो बेनती है दोनों टीमां ग्राउंड दे विच अद्धा ही हो गया मैं पंजाबी च बोलता तू हाफ इंग्लिश च बोलता महाराणा प्रताप कबड्डी क्लब हरियाणा ते कलसियां उधर साडा वीर मौंटी यूएसए नाल इकबाल सरपंच हुणी बहुत बड़ा मान ने अज दे कबड्डी कप ते पुजे ने संसार संधु जी सरपंच साहब हरप्रीत संधु हुणी नाल सवर्ण संधु हुणी साडे वीर जिन्हां ते मान है सानू फख्र है दोस्तों ते साडे वीर मौंटी यूएसए इकबाल सरपंच हुणी अपनी समुची टीम दे नाल पुजे ने उहनां दे उच्चे तौर ते धन्नवाद है इहदी रीढ़ दी हड्डी त्रुटी हुई है इन्हें इलाज करवाना है
दर्शकों की कचहरी के आ रहा बद तो बद मान सम्मान आप सारे दर्शक जरूर इस बच्चे के लिए। हेलो उधरों गुरमीत बुमाल वाला भी पहुंचे अपने मित्रां दे नाल नाल इकबाल बादशाहपुरिया प्रधान ट्रक यूनियन शेरपुर दीपा किसान पिंड का कबड्डी पाउंदा दर्शक वीरो दूजे हाफ की पहली कबड्डी उत्ते निंदी कहिंदे दिओल परिवार का वड्डा वीर लब्बी चचेरा वीर आ कहिंदे लब्बी उह कनेडा दे विच रहिंदा कनेडा में वर्ल्ड कबड्डी कप का कहने एक साल का बेस्ट लब्बी कहने बेनड़े वाला दुनिया का धरंतर होया यह कहने संदीप लूधर दिलबे वाला घुणमान परिवार का कहने जिस धरती कबड्डी की कहने राजधानी आख्या जाता है यह कहने दिड़बे वाला संदीप लूधर ला मैदान मेरे वीर हल्की चोट बजी है कड़ारी दे कि आवे दुनिया ते भगवान कोई जो रोके चोटा सट्टा हिका हो जा चौड़िया ना नजर लगे डौलिया पट्टा बिल्लू की कबड्डी उधरों निजामपुरिया तेजी भी साड़ा भी राज्य टूरनामेंट के उजिया है उधर कहते कबड्डी का प्रमोटर कबड्डी कहते भी बेल्जियम प्रमोट करता है सरबा बीर बेल्जियम वाला। हेलो हेलो आज की बाज बधा दो जी होटल वाले मैक की हरप्रीत जी सिद्धू लबोरटरी वाले वह भी पूजे ने उन्होंने भी उच्च जे तौर पर धन्यवाद है उधर साढ़े निर्माण स्पोर्ट्स क्लब के समुचे प्रबंधक जंट साडा वीर पठोई वाला समुची उन्होंने टीम पूजी है उन्होंने भी उच्च जे तौर पर धन्यवाद है भाई पप्पू प्रधान होनी लाभ होनी सरदार अमरीक होनी उच्च जे तौर पर धन्यवाद है सारे साढ़े पटियाले जिन्हें भी खेड क्लबा पूजिया जेडे सानू अपने टूरनामेंट से मान देंगे ने बुला के सारिया क्लबा का जी आया उधर दविंदर सरपंच साडा वीर मरेल कोटले वाला भाई सरदा बेल्जियम उन्होंने भी उच्चे तौर पर धन्यवाद है हरप्रीत जी साढ़े मलौटी वाले उन्होंने भी उच्चे तौर पर धन्यवाद है प्रीत चीमे हुई उन्होंने धन्यवाद है सुधीर इकंक का वादा करता हुआ अपनी टीम के लिए लाओ सिकंदर अगली कबड्डी पाने लिए वाधा होया मैदान उधरों दविंदर सरपंच मरेल कोटले वाला पुजे है सरबा बेल्जियम तो नाल प्रीत चीमे हुई कहिंदे वड्डे योगदान ने अज इस टूरनामेंट नूं करवाउण दे लई आपां धन्नवाद करदे आं संसार संधु सरपंच उहनां दी कहिंदे वड्डी रहण माई बनी हुई है अज दे इस कबड्डी कप दे उत्ते माड़ी वाल दी पई है कबड्डी आ ते फड़िया होया गुट खेड़दे मैदान दे विच हुण नौजवान सिकंदर अपनी टीम दे लई पाउण दा वादा करदा होया आ वी हरियाणे की टीम का कहने उधरों पीण वाला पानी है जिहड़ा ग्राउंड दे विच जरूर पुजदा कर दिता जाए पीण वाला पानी जिहड़ा जखौली पिंड का नरेश कबड्डी पाउंदा है यह जखौली पिंड का नरेश है जिहड़ा तुहाडे सामने कबड्डी पा रहा है उधर हरीके कला पिंड का बिक्की नाल पिंड का निंदी एक बन्ने कहिंदे दुनिया का टॉपर याफी ला तकड़ा याफा एक अंक का वादा करता हुआ अंक जिहड़ा जाफी दे लई जुड़दा है निंदी बेनड़े वाला बेनड़े का निंदी जदों खेडे उदो आती करा के खरे खरे धाविया जो आई ते आके ढाउंदा है बेनड़े पिंड का मुंडा फिर आती करा इधर दिड़वे का संदीप सिंह कबड्डी पाउंदा पर उधर कहिंदे हरियाणे वाला संजू संजू हरियाणे वाला पूरी कोशिश कर रहा है पर संदीप सिंह खेड कबड्डी का पहाड़ सिंह कंग का वादा करता हो दीपा किसान कबड्डी पाने लिए मैदान वादा होया उधरों गोरा हमीदी वाला भी पुजा होया साडा वीर उस वीर का भी धन्यवाद है दुबई के रहन वसरे ने अजकल पंजाब की धरती से पुजा होया नाल साडा वीर लाली सरदार ला दीपे की पई हुई कबड्डी हरप्रीत संधु साडा वीर इस पिंड की इस इलाके की बुलंद आवाज आ स्वर संधु का भी बहुत बड़ा नाम आ संसार संधु सरपंच कहदा आ मुंडा कहने बिकी है पर दीपा मेरे वीरियो खेड मैदान अपनी टीम दे लई पिंड कहते गगी 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 खेड कबड्डी के पिछले ट्रैक्टरों का जेतू जोड़ा लो कबड्डी पाता हुआ पर उधर कहते भी संजू हरियाणे सिनू हरियाणे वाला जिन्हें दुनिया डक के खड़ा दी जे कहते सिनू की खेड वधिया लगी इन्हें लुदर भी जफे लाते इन्हें कहते भी माड़ी वाले सिकंदर भी तुहाडे सामने गगी वर्ग भी डक रहे उधर अज दे कबड्डी कप ते कहिंदे भी पंजाब दा प्रसिद्ध गायक कहिंदे भी जसी गिल उह भी पिंड दे विच एंटर कर गया कुछ पले दे विच स्टेडियम दे विच पुजण वाला है नाल बबल राय मोंटी संधु साडा वीर यूएसए वाला जिन्हां वल्लों पहला 1 लाख रुपया जिन्हां वल्लों अज दे कबड्डी कप दे लई दित्ता जा रहा है बहुत वड्डा मान है साढ़े वीर नाल असरे आस्ट्रेलिया का उच्चे जे तौर पर धन्यवाद है नाल डॉक्टर हरजिंदर जी गिनी यूएसए जी
ਅਸਰਾ ਆਸਟ੍ਰੇਲੀਆ ਜੀ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦਾ ਯੋਗਦਾਨ ਹੈ। ਅਗਲੇ ਸਾਲ ਕਹਿੰਦੇ ਵੀ ਅਸਰਾ ਆਸਟ੍ਰੇਲੀਆ ਕਹਿੰਦੇ ਵੀ ਦੋਨੋਂ ਗੱਡੀਆਂ ਆਪਣੇ ਵੱਲੋਂ ਜਿਹੜੀਆਂ ਗੱਡੀਆਂ ਨੇ ਉਹਨਾਂ ਵੱਲੋਂ ਸਪਾਂਸਰ ਕੀਤੀਆਂ ਜਾਣੀਆਂ ਨੇ, ਇੱਕ ਮੌਂਟੀਵੀਰ ਉਹਨਾਂ ਵੱਲੋਂ ਗੱਡੀ ਤੇ ਦੂਸਰੀ ਅਸਰਾ ਆਸਟ੍ਰੇਲੀਆ ਉਹਨਾਂ ਵੱਲੋਂ ਜਿਹੜੀਆਂ ਅਗਲੀਆਂ ਗੱਡੀਆਂ ਨੇ ਉਹ ਸਪਾਂਸਰ ਕੀਤੀਆਂ ਗਈਆਂ ਨੇ। ਪਰ ਹਰਿਆਣੇ ਦੀ ਧਰਤੀ ਦਾ ਸੁਧੀਰ ਸੁਧੀਰ ਦੀ ਕਬੱਡੀ, ਹਰਿਆਣੇ ਵਾਲਾ ਸੁਧੀਰ ਕਬੱਡੀ ਪਾਉਂਦਾ। ਲੈ ਵੀ ਬਿੱਟੂ ਬੇਲਣੇ ਵਾਲਿਆ, ਅੱਜ ਨਜ਼ਾਰਾ ਵੱਖਰਾ ਖੇਡ ਮੈਦਾਨ ਦੇ ਵਿੱਚ। ਇਧਰੋਂ ਕਹਿੰਦੇ ਸ਼ਰਨਾ ਜੱਗੋ ਰਵਾਣੇ ਵਾਲਾ, ਮੇਰੇ ਵੀਰੇ ਸ਼ਰਨਾ ਜੱਗੋ ਰਵਾਣੇ ਵਾਲਾ ਸੱਤ ਝਨੇੜੀ ਦਾ ਫੈਸਲੇ ਕਰਦਾ ਕਿ ਤਿੰਨ ਟਰੱਕ ਨੇ ਕਿ ਅਜੇ ਤੱਕ ਬਾਹਰ ਖੜੇ ਨੇ। ਤਿੰਨੇ ਟਰੱਕਾਂ ਵਾਲੇ ਡਰਾਈਵਰਾਂ ਨੂੰ ਬੇਨਤੀ ਹੈ ਵੀ ਦਰਸ਼ਕ ਬਹਿ ਕੇ ਯਾਰ ਮੈਚ ਦੇਖ ਲੈਣਗੇ, ਤੁਹਾਨੂੰ ਬੁਲਾਇਆ ਵੀ ਹੈ ਸਪੈਸ਼ਲ ਤੌਰ ਤੇ, ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਹੜੇ ਤਿੰਨ ਟਰੱਕ ਬਾਹਰ ਖੜੇ ਨੇ ਦੂਰ ਖੜੇ ਨੇ ਉਹ ਗਰਾਊਂਡ 'ਚ ਲਿਆਓ ਜੀ, ਸਟੇਡੀਅਮ ਦੇ ਅੰਦਰ। ਉਧਰ ਸਰਬ ਬੈਲਜੀਅਮ ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੇ ਉੱਚੇ ਉੱਚੇ ਤੌਰ ਤੇ ਧੰਨਵਾਦ ਹੈ ਸਰਬ ਬੈਲਜੀਅਮ ਵਾਲਾ। ਉਧਰੋਂ ਰਾਜਾ ਸਰਪੰਚ ਬੀਲਾ ਨਾਲ ਸਾਡਾ ਵੀਰ ਖੰਨਾ ਰਾਏਪ ਰਾਏ ਸਰ, ਹਰਦੇਵ ਕੋਰੜ, ਹਰਗੁਣ ਗਾਗੇਵਾਲ ਨਾਲ ਗੁਰਮੀਤ ਬਮਾਲ, ਦਵਿੰਦਰ ਸਰਪੰਚ ਮਰੇਲ ਕੋਲਾ ਸਾਡਾ ਵੀਰ, ਇਕਬਾਲ ਸਰਪੰਚ ਪ੍ਰਧਾਨ ਟਰੱਕ ਯੂਨੀਅਨ, ਰਿੰਕੂ ਇਸਲਾ। ਇਹ ਕਹਿੰਦੇ ਨਿੰਦੀ, ਇਹ ਨਿੰਦੀ ਬੇਨੜੇ ਵਾਲਾ, ਇਹ ਕਹਿੰਦੇ ਫਤਿਹ ਸਿੰਘ ਸਰਪੰਚ ਦਾ ਪੁੱਤ ਖੀਰਾ ਵਾਲੀ ਦਾ ਗੱਗੀ, ਤਿੰਨ ਟਰੈਕਟਰਾਂ ਦਾ ਜੇਤੂ, ਦੋ ਵਰਲਡ ਕੱਪ ਦੇ ਦੋ ਟਰੈਕਟਰ ਜੇਤੂ ਹੈ ਤੇ ਇੱਕ ਰਾਏਕੋਟ ਦੇ ਟੂਰਨਾਮੈਂਟ ਦਾ ਟਰੈਕਟਰ ਜੇਤੂ। ਇਹ ਕਹਿੰਦੇ ਖੀਰਾ ਵਾਲੀ ਦੀ ਧਰਤੀ ਦਾ ਗੱਗੀ, ਵੱਜ ਗਈ ਪੁੱਠੀ ਹੋ ਗਈ ਬੱਲੇ 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 ਬੱਲੇ। ਮਿੱਤਰੋ ਹਰਿਆਣੇ ਦੇ ਕਾਲੇ ਨੇ ਕੋਸ਼ਿਸ਼ ਕੀਤੀ ਹੈ, ਕਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਅੰਕ ਜਿਹੜਾ ਧਾਵੀ ਦੇ ਲਈ ਹੈ, ਖੀਰਾ ਵਾਲ ਦਾ ਗੱਗੀ ਕਹਿੰਦੇ ਇੱਕ ਅੰਕ ਦਾ ਵਾਅਦਾ ਕਰਦਾ ਹੈ। ਪਰ ਇੱਧਰ ਕਬੱਡੀ ਕਿਸਾਨ ਵਾਲੇ ਦੀਪੇ ਦੀ ਹੁਣ ਗਰਾਊਂਡ ਦੇ ਵਿੱਚ ਪੈਂਦੀ ਹੈ ਕਿ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ, ਜ਼ੋਰ ਨਾਲ ਜ਼ੋਰ ਟਕਰਾਉਣ ਲੱਗਿਆ, ਰਾਜੇ ਖੇਲੇ ਗਿੱਠ ਗਿੱਠ ਬਹਿ ਜੇ ਧਰਤੀ, ਗੱਭਰੂ ਕਬੱਡੀ ਉੱਤੇ ਜਦੋਂ ਕਬੱਡੀ ਪਾਉਣ ਲੱਗਿਆ ਕਿ ਰਾਜੇ ਖੇਲੇ ਗਿੱਠ ਗਿੱਠ ਬਹਿ ਜੇ ਧਰਤੀ, ਗੱਭਰੂ ਕਬੱਡੀ ਉੱਤੇ ਕਬੱਡੀ ਜਦੋਂ ਪਾਉਣ ਲੱਗਿਆ ਕ੍ਰਿਸ਼ਨ। ਉਹਨਾਂ ਡਾਕਟਰ ਹਰਜਿੰਦਰ ਸਿੰਘ ਜੀ ਅਮਰੀਕਾ, ਯੂਨਾਈਟਿਡ ਸਟੇਟ ਅਮਰੀਕਾ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਨ ਸਿੰਘ ਜੀ, ਡਾਕਟਰ ਸਾਹਿਬ ਧਾਲੀਵਾਲ ਅਮਰੀਕਾ, ਉਹਨਾਂ ਦੇ ਕਹਿੰਦੇ ਬਹੁਤ ਵੱਡੇ ਯੋਗਦਾਨ ਨੇ ਅੱਜ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਮੋਤਾ ਸਿੰਘ ਜੀ ਸੰਧੂ ਯੂਐਸਏ ਵਾਲੇ, ਉਹਨਾਂ ਦੇ ਬਹੁਤ ਵੱਡੇ ਯੋਗਦਾਨ ਨੇ। ਨਛੱਤਰ ਸਿੰਘ ਜੀ ਸਰਾਉ ਯੂਐਸਏ ਵਾਲੇ, ਉਹਨਾਂ ਦੇ ਬਹੁਤ ਵੱਡੇ ਯੋਗਦਾਨ ਨੇ ਅੱਜ ਦੇ ਕਬੱਡੀ ਕੱਪ ਦੇ ਲਈ, ਉੱਚੇ ਉੱਚੇ ਤੌਰ ਤੇ ਧੰਨਵਾਦ ਹੈ। ਪ੍ਰੀਤਮ ਭਲਵਾਨ ਜੀ ਸਮਸਪੁਰ ਵਾਲੇ, ਜਿਹਨਾਂ ਨੂੰ ਸੋਨੇ ਦੀ ਮੁੰਦੀ ਪਾ ਕੇ ਸਾਡੇ ਵੀਰ ਅੱਜ ਦੇ ਕਬੱਡੀ ਕੱਪ ਤੇ ਸਨਮਾਨ ਜਿਹੜਾ ਕਰਨਾ ਹੈ, ਜਿਹੜਾ ਅਗਲਾ ਮੈਚ ਮਹਾਰਾਣਾ ਪ੍ਰਤਾਪ ਕਬੱਡੀ ਕੱਪ ਹਰਿਆਣਾ ਤੇ ਕਲਸੀਆਂ ਦਾ, ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ। ਇਹ ਕਹਿੰਦੇ ਬਿੱਲੂ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ, ਇੱਕ ਬਿੱਲੂ ਕਹਿੰਦੇ ਰਾਜੇ ਵਾਲੀ ਹੋਇਆ ਲਾ, ਇਹ ਕਹਿੰਦੇ ਬਿੱਲੂ ਕਬੱਡੀ ਪਾਉਂਦਾ ਹੋਇਆ, ਤੇ ਸਰਨਾ ਡੱਗੋ ਰਮਾਣੇ ਵਾਲਾ ਕਹਿੰਦੇ ਕੈਨੇਡਾ ਦੇ ਵਿੱਚ ਤਕੜਾ ਖੇਡਦਾ ਜਦ ਵੀ ਖੇਡਦਾ। ਉਧਰ ਮਨਵੀਰ ਆਜਲੇ ਹੁਣੀ ਪੁੱਜੇ ਹੋਏ ਨੇ ਨਾਲ ਸਾਡਾ ਵੀ ਰਾਜੂ ਠੇਕੇਦਾਰ, ਜਿਨ੍ਹਾਂ ਦੀ ਵੱਡੀ ਟੀਮ ਬਣਦੀ ਹੈ ਹਰ ਇੱਕ ਸਾਲ ਕੈਨੇਡਾ ਦੀਆਂ ਖੇਡ ਮੈਦਾਨਾਂ ਦੇ ਵਿੱਚ, ਆਪਾਂ ਧੰਨਵਾਦ ਕਰਦੇ ਹਾਂ। ਨੀਟੂ ਸੋਈ ਹੁਣੀ ਕੈਨੇਡਾ ਦੇ ਵਿੱਚ ਲਾਈਵ ਜੁੜੇ ਹੋਏ ਨੇ ਕਬੱਡੀ 365.com ਦੇ ਜ਼ਰੀਏ, ਆਪਾਂ ਧੰਨਵਾਦ ਕਰਦੇ ਹਾਂ। ਸੰਦੀਪ ਲੂਧਰ ਦਿਲਬੇ ਵਾਲਾ ਕਹਿੰਦੇ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ, ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਮੈਚ ਤੇ ਸਾਡਾ ਵੀ ਜਸ। ਅੱਜ ਦਾ ਕਬੱਡੀ ਕੱਪ ਦੁਨੀਆ ਦੇ ਵਿੱਚ ਬੈਠੇ ਸਾਡੇ ਖੇਡ ਪ੍ਰਮੋਟਰ ਕਹਿੰਦੇ ਵੀ ਕਬੱਡੀ 365 ਤੇ ਕਬੱਡੀ 1, 2, 3 ਦੇ ਨਾਲ ਜੁੜ ਕੇ ਕਬੱਡੀ ਦਾ ਆਨੰਦ ਮਾਣੇ ਨੇ। ਦੋਨੋਂ ਸਾਈਡਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉੱਚੇ ਉੱਚੇ ਤੌਰ ਤੇ ਧੰਨਵਾਦ ਹੈ ਕਿਉਂਕਿ ਪਿਆਰ ਹੈ ਦੋਨਾਂ ਦਾ। ਸੰਸਾਰ ਸੰਧੂ ਸਰਪੰਚ ਸਾਹਿਬ ਨਾਲ, ਹਰਪੀ ਦੇ ਨਾਲ, ਸਵਰਨ ਦੇ ਨਾਲ ਉੱਚੇ ਉੱਚੇ ਤੌਰ ਤੇ ਧੰਨਵਾਦ ਹੈ। ਲਓ ਸ਼ਦੀਰ ਦੀ ਕਬੱਡੀ ਦੇ ਉੱਤੇ ਆਹ ਹੈ ਵਿੱਕੀ ਹਰੀ ਕੇ ਕਲਾਂ ਪਿੰਡ ਦਾ ਲਾ ਤਕੜਾ ਜਾਂ ਫਿਰ ਕੰਗ ਦਾ ਵਾਅਦਾ ਕਰਦਾ ਹੋਇਆ ਪਰ ਕਹਿੰਦੇ ਇਸ ਸਮੇਂ ਖੀਰਾ ਵਾਲੇ ਪਿੰਡ ਜ਼ਿਲ੍ਹਾ ਕਪੂਰਥਲੇ ਦਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਲਓ ਖੇਡ ਦੇ ਮੈਦਾਨ ਦੇ ਵਿੱਚ ਗੱਗੀ ਖੀਰਾ ਵਾਲ ਦਾ, ਖੀਰਾ ਵਾਲ ਪਿੰਡ ਦਾ ਗੱਗੀ। ਪਰ ਦੂਸਰੇ ਬੰਨੇ ਸੰਜੂ ਕਹਿੰਦੇ ਹਰਿਆਣੇ ਵਾਲਾ, ਸੰਜੂ ਹਰਿਆਣੇ ਵਾਲਾ ਪੂਰੀ ਕੋਸ਼ਿਸ਼ ਕਰਦਾ ਹੈ ਪਰ ਅੰਕ ਜਿਹੜਾ ਗੱਗੀ ਦੇ ਹਿੱਸੇ ਜੁੜਦਾ ਹੈ, ਇੱਕ ਅੰਕ ਦਾ ਵਾਅਦਾ ਹੁੰਦਾ ਹੋਇਆ। ਉਧਰ ਅੱਜ ਦੇ ਕਬੱਡੀ ਕੱਪ ਤੇ ਜੱਸੀ ਗਿੱਲ ਤੇ ਬਬਲ ਰਾਏ ਵੀ 1-2 ਮਿੰਟਾਂ ਦੇ ਵਿੱਚ ਇਸ ਖੇਡ ਸਟੇਡੀਅਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਨੇ ਸੰਸਾਰ ਸੰਧ। ਉਧਰ ਨਾਲ ਹੀ ਧੰਨਵਾਦ ਹੈ ਸਾਡੇ ਮੌਂਟੀ ਸੰਧੂ ਜੀ। ਅਗਲੀਆਂ ਦੋਨੋਂ ਟੀਮਾਂ ਕਲਸੀਆਂ ਤੇ ਮਹਾਰਾਣਾ ਪ੍ਰਤਾਪ ਕਬੱਡੀ ਕਲੱਬ ਹਰਿਆਣਾ ਗਰਾਊਂਡ ਦੇ ਵਿੱਚ ਆ ਜਾਣਗੀਆਂ।
इन टीमों नू मेरी बेनती है दूसरे हाफ की पहली वाटर ब्रेक आ दर्शक वीर खेड मैदान दे विच दूसरे हाफ की पहली वाटर ब्रेक उधर नाल ही धन्नवाद आ जिन्हें भी साढ़े एन आर आई वीर जिन्हां दे बड़े योगदान ने गिनी यूएसए जी सोनू चौधरी यूएसए टिंकू यूएसए जी मनी औलख यूएसए जी राजू धूरी जी इटली तजेंद्र सिंह जी औलख इंग्लैंड पप्पू कनेडा जी नछत्र सिंह जी सराओं यूएसए टिंकू कनेडा जी बेंत आस्ट्रेलिया जी नाल मनप्रीत सिंह जी दयाल कनेडा बब्बू साढ़ा दयाल आस्ट्रेलिया बबलू यूएसए सीपा यूएसए नाल जसा आस्ट्रेलिया उन्होंने उचे तौर पर धन्यवाद प्रदीप ढिलों कनेडा नाल बलकार कनेडा जी जोत चहल साडा वीर कंगण वाली बहुत बड़े मान ने जिस संधु भरावान कबड्डी चुकी है ला किसान पिंड वाले दीपे जी ते दूसरे बंदे कहने सरना डगर वाने वाला मेरे वीरियो बद के ट्राई करता है हरजिंदर सिंह जी डॉक्टर साहब यूएसए तो स्पेशली चल के आए ने संधु साहब आप उन्हां दा भी धन्यवाद कर दिए डॉक्टर स्वर्ण सिंह जी यूएसए प्रीतम भलवान बैठा कहने समसपुर दा नाल गुरमेल प्रधान जी कहने दिलबे दे विच कलाकार मंच ते भन्नेगा मारिए पंजाब दा प्रसिद्ध गायक जसी पुज गए एक बारी ताड़ी मारो करो जसी के नाते नाल बबल राय ते जसी दोनों कहते टॉप दे सिंगर ने आज संसार संधु दे नाल हरपी संधु सबारन संधु हुनिया दे नाल जारी ने माहौंदे लई पूजे ने उच्चे उच्चे तौर ते धन्यवाद उच्चे उच्चे तौर ते धन्यवाद साडे वीर अज दे कबड्डी कप ते कहते भी जिन्हां दी बड़ी फिल्म बड़ी हिट हो गई है दिलदारियां दिलदारियां दे जिहड़े साडे वीर अदाकार ने गे साडा जसी नाल बबल राय उन्हां दी समुची टीम पुजी हैगी उच्चे उच्चे तौर ते धन्नवाद है साडे वीर जरनैल बेनडोरी उधर तेजी साडा वीर निजामपुरी कबड्डी का महान उन्होंने उच्चे उच्चे तौर पर धन्यवाद है लाहौर कहने माड़ी पिंड का शिकंदर खेल के मैदान दे विच कबड्डी खेलदी पई है कबड्डी जिंदगी दे रास्ते ते चलदे बड़े मुकाम आने आ अज मुकाम कौन हासिल करदा बब्बर राय ते जस्सी गिल कहने स्टेज दे उत्ते पुजे ने पंजाबियों दे दिलां दी धड़कन पंजाबी गायकी दे विच वड्डे मान सम्मान ने जिन्हां वीरां दे उधरों कहने दीपा किसान पिंड दा हरियाणे वाला कबड्डी पावां मैदान दे विच पूरी तैयारी दे नाल पर बेना दी टीम दे कहने चार सुपरस्टार जाफी ने दविंदर सरपंच कहना नजारा बखरा अज धूरे दे कबड्डी कप दा पर कहते भी दुनिया का दूसरा हरजीत सिंह इस समय जिन्हों दुनिया दूजा हरजीत मनती है कबड्डी के संदीप सिंह लोधर कहते कबड्डी पाता है तो उधर कबड्डी के स्टारा की टक्कर है पर उधर कहते भी साड़ी मंच ते पंजाबी लोक गायकी दे विच जिथे सरनामा खटिया है उथे दिलदारियां फिल्म जड़ी कहते लोग दिलों के उत्ते सागी जसी गिल ते नाल बबल राय जिधर बी आई पी गड्डिया खड़िया ने उधर साढ़े वीर किसी की गड्डी वादू खड़ी है उन्होंने साइड से कर दी जाए यह बेनती है उधर साडा भाई गोलू साड़ी जिंदगी का माण प्रधान नगर कौंसल नाभा वह भी विशेष तौर पर साढ़े विचार पुज चुके ने अपने सारे यार मित्रां दे नाल ते नाल यादू भाई साडा साडी जिंदगी का मान ने जिन्होंने घट्टो घट लख रुपये के लागे जिहड़ा इस कबड्डी कप के लिए योगदान पाया है वह भी विशेष तौर पर साढ़े विचार आ गए ने खीराबाल की धरती का गग्गी मेरे वीरियो ते दूजे पासे दीपा नहीं रिसा ये हाथ कितने पावेगा ऐ दस मैनू पहला ਤੁਹਾਡੇ ਸਾਹਮਣੇ ਕੰਕ ਜਿਹੜਾ ਖੀਰਾ ਵਾਲੀ ਆ ਗੱਗੀ ਆਪਣੀ ਟੀਮ ਨੇ ਜੋੜਦਾ ਹੋਇਆ ਲੈ ਵੀ ਆ ਜਾ ਜਸਨ ਲਾ ਮੈਚ ਪੂਰਾ ਜੋਤੀ ਦਾ ਕਹਿੰਦੇ ਬਿੱਲੂ ਹਰਿਆਣੇ ਵਾਲਾ ਕਬੱਡੀ ਪਾਉਂਦਾ ਖੇਡਦੇ ਮੈਦਾਨ ਵਿੱਚ ਕਿ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਨਿੱਤਰੂ ਬੜੇ ਮੇ ਖਾਣੀ ਟੈਂਕੀਆਂ ਤੇ ਚੜ੍ਹ ਕੇ ਲੋਕ ਟਰੱਕਾਂ ਤੇ ਚੜ੍ਹ ਕੇ ਲੋਕ ਕਬੱਡੀ ਦਾ ਜਿ ਨਜ਼ਾਰਾ ਲੈ ਰਹੇ ਨੇ ਧੂਰੇ ਦੀ ਖੇਡ ਮੈਦਾਨ ਲਾ ਕਹਿੰਦੇ ਬਿੱਲੂ ਹਰਿਆਣੇ ਵਾਲਾ ਪਾਠ ਦਾ ਵਾਅਦਾ ਕਰਦਾ ਹੋਇਆ ਇਹ ਆ ਕਹਿੰਦੇ ਇੰਗਲੈਂਡ ਕੈਨੇਡਾ ਤੇ ਦੁਬਈ ਦੇ ਸਾਰਜਾ ਕਬੱਡੀ ਕੱਪ 2013 ਦਾ ਬੈਸਟ ਪੰਜਾਬ ਦੇ ਅਨੇਕਾਂ ਟੂਰਨਾਮੈਂਟਾਂ ਦਾ ਬੈਸਟ ਇਹ ਆ ਸੰਦੀਪ ਲੁੱਧਰ ਕਹਿੰਦੇ ਦਿਲਬੇ
वाला मेरे वीरियो जिस खिडारी की धाक जमी हुई है पंजाब के कबड्डी कप्पां दे उत्ते गुलमेल दिलबाजी पहुंचे ने मान करते ने इस नौजवान की खेड के उत्ते ला उधरों नौजवान हरियाणे वाला कबड्डी पाउंदली मैदान वाधा होया पूरी तैयारी के नाल चार जाफी ने कहने बेलना पिंड इतों थोड़ी दूरी के उत्ते स्थित बनया होया है पर उधरों वेखांगे चार जाफिया के विचों निंदी कहने दियोल परिवार का दुनिया का अत जाफी मेरे वीरियो खेड मैदान ला जफा गड्डी जिहड़ी पिछले पासे खड़ी आ इनोवा कार गड्डी 0081 0081 नंबर गड्डी है जिहड़ी साइड दे उत्ते कर लियो ला गग्गी खीरा वाली जिहड़ी पई इक मिंट दे उत्ते नीटू बाद के ट्राई करदा ते पाण जिहड़ा गग्गी खीरा माल दा अपनी टीम दे लई उधरों जुगनू प्रोफेसर साहब पहुंचे ने बहुत बहुत धन्नवाद आ सारियां माणयोग ते सत्कारयोग शख्सियतां दा उधरों मोंटी संधू जू एस ए डॉक्टर हरजिंदर सिंह जी जू एस ए डॉक्टर स्वर्ण सिंह जी जू एस ए मोंटी संधू जी मोंटी संधू जी अज संधुआ दे पिंड दे विच रौनक लगी हुई है बाबा काला मैर संधू जी उन्हां दी वड्डी अपरापार कृपा गी वड्डी अपरापार कृपा विशेष तौर दे उत्ते धन्नवाद है लाओ संदीप दी कबड्डी कहने मैदान दे विच उधरों नौजवान जाफी बन के मारदा होया पुट्ठी हरियाणे वाला काला ताड़ी मार दे दर्शक वीरो संधू साहब मेला सफल आ बाबे दी कृपा बाबे क्योंकि इस नगर दे बाबा काला मेर संधू दी कृपा जेड़े जेड़े दर्शक पूजे ने एक बारी बाबा काला मेर संधू दे नाते ताड़ी मार दे जिन्हां दी परमपार कृपा दे नाल कप हो रहा है उन्हां दी याद दे विच कप हो रहा है ते कहिंदे भी अज जिथे वड्डे वड्डे प्लेयर पूजे ने उथे साडे वीर संसार संधू दे नाल हैप्पी संधू स्वर संधू उन्हां दे नाल जरनैल बेनड़े उन्हां दे नाल यारियां पगाउण दे लई वड्डे वड्डे पंजाब दे कलाकार भाई जसी गिल होणी बबल राय होणी अज दे कबड्डी कप ते अपनी हाजरी निभा रहे ने उन्हां दे उच्चे तौर ते धन्नवाद है खीरा मल पिंड दा जिला कपूरथले दा मुंडा गग्गी कबड्डी पाउंदा होया पर उधर कहिंदे सीलू 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 हरियाणे वाला सम्मान दे विच दमांगे जेकर जफ्फा लगेगा नाल साडा वीर हरदेव ओ कहना 100 रुपया मान सम्मान दे विच दमांगे जेकर जफ्फा लगेगा अज नजारा बखरा इस टूर्नामेंट दा खेड दे मैदान दे विच कहने नौजवान हरियाणे वाले दीपे दी पई इक बड़ी धालीवाल जी साडे यूएसए वाले डॉक्टर हरजिंदर सिंह जी संधू साहब बहुत बड़ा योगदान है मनी औलख जी यूएसए वाले अपने यारा मित्रां दे नाल बैठे अज दे कबड्डी कप दा आनंद माण रहे ने नछत्तर सिंह जी सराओं जो जमाई ने इस नगर दे मोता सिंह जी उन्हां दे उधर कहिंदे भी घट्टो घट 50-60 बंदिआं दे नाल वड्डी स्क्रीन ला के बैठे यूएसए दे विच आनंद माण रहे ने सरदार नछत्तर सिंह जी सराओं साहब उन्हां दा उच्चे तौर ते धन्नवाद है हलो मैच दे लास्ट हाफ दीयां कुछ कबड्डियां दर्शक वीर इस नगर दे सब तो दरवेश इंसान जिहड़े सरदार गुरसेवक सिंह जी नंबरदार साहब साडे विचकार पुजे ने उन्हां दा उच्चे तौर ते धन्नवाद है सरदार गुरसेवक सिंह जी नंबरदार साहब उन्हां दा उधर गुरमीत बंबाल जी इकबाल सरपंच उड़ी दविंदर सरपंच साडा वीर मरेल कोटले वाला उच्चे उच्चे तौर ते पुजे ने मोंटी संधू जी गिनी यूएसए उन्हां दा भी 1 लाख रुपया जिहड़ा वड्डा योगदान है अगले बार गड्डियां कहिंदे अपने वल्लों स्पोंसर कीतियां जाणियां ने गिनी उन्हां वल्लों ते अशरे वीर दा बहुत वड्डा योगदान है उन्हां वल्लों भी अगले बार गड्डी पर हरिंदर संधू परिवार दा बाबा काला मेहर संधू दी अपरम अपार कृपा है पर उधर कहिंदे भी हरियाणे दा टिंकू 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 एक बंदे हरिंदर सिंह संधू संधू साहब जो BSNL कंपनी दे विच बहुत बड़े अहुदे ते ने उन्हां वल्लों स्कूटर जिहड़े स्पोंसर कीते गए ने
ਪੈਸਾ ਨੂੰ ਸਕੂਟਰ ਪਰ ਕਿਸਾਨ ਦੇ ਦੀਪੇ ਦੀ ਕਬੱਡੀ ਦੇ ਉੱਤੇ ਬੇਨੜੇ ਪਿੰਡ ਦਾ ਨਿੰਦੀ ਬੇਨੜੇ ਪਿੰਡ ਦਾ ਨਿੰਦੀ ਮੁੰਡਾ ਅੱਤ ਕਰਾਉਂਦਾ ਏ ਖੇਡ ਖੇਡ ਕੇ ਕੌਡੀ ਆਪਣਾ ਜ਼ੋਰ ਦਿਖਾਉਂਦਾ ਏ ਕਿ ਬੇਨੜੇ ਪਿੰਡ ਦਾ ਮੁੰਡਾ ਮੁੰਡਾ ਅੱਤ ਕਰਾਉਂਦਾ ਏ ਅੱਤ ਕਰਾਉਂਦਾ ਏ ਮੁੰਡਾ ਪਰ ਸੰਦੀਪ ਸਿੰਘ ਲੁਧਰ 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 ਕਬੱਡੀ ਪਾਉਂਦਾ ਹੈ ਸੰਦੀਪ ਸਿੰਘ ਘਰਦਿਆਂ ਨੇ ਨਾਂ ਰੱਖਿਆ ਪਰ ਕਹਿੰਦੇ ਨਾ ਪ੍ਰਸਿੱਧ ਹੋਇਆ ਦੁਨੀਆਂ ਦੇ ਵਿੱਚ ਲੁਧਰ ਦੇ ਤੌਰ ਤੇ ਇੱਧਰ ਹਰਿਆਣੇ ਦਾ ਕਾਲਾ ਨਾਲ ਸੰਜੂ ਤੇ ਨਾਲ ਦੀਪਾ ਤੇ ਨਾਲ ਸ਼ੀਲੂ ਇੱਕ ਬੰਦੇ ਕਹਿੰਦੇ ਸੰਜੂ ਹਰਿਆਣੇ ਵਾਲਾ ਪੂਰੀ ਕੋਸ਼ਿਸ਼ ਕਰਦਾ ਇੱਧਰ ਕਹਿੰਦੇ ਵੀ ਆਪਾਂ ਦੇਖ ਲਿਆ ਹਰਕੇਵਲ ਬਿੱਲੇ ਸਿਆਂ ਤੱਕ ਫਿਰ ਨਜ਼ਾਰਾ ਵੱਖਰਾ ਅੱਜ ਦੇ ਕਬੱਡੀ ਕੱਪ ਦੇ ਉੱਤੇ ਰੌਣਕਾਂ ਵੱਖਰੀਆਂ ਨੇ ਮੈਚ ਸਮਾਪਤ ਸਮਾਪਤ ਦਾ ਅੰਕ ਕੀ ਹੋਣਗੇ ਇਸ ਮੈਚ ਦੇ ਉਹ ਵੀ ਦਰਸ਼ਕਾਂ ਦੇ ਨਾਲ ਆਪਾਂ ਸਾਂਝੇ ਕਰਾਂਗੇ ਬੈਸਟ ਕੌਣ ਬਣਦਾ ਇਹ ਵੀ ਇੱਕ ਮਾਣ ਵਾਲੀ ਗੱਲ ਹੋ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਆਜ਼ਾਦ ਕਬੱਡੀ ਕਲੱਬ ਕਲਸੀਆਂ ਤੇ ਮਹਾਰਾਣਾ ਪ੍ਰਤਾਪ ਕਬੱਡੀ ਕਲੱਬ ਹਰਿਆਣੇ ਦੀਆਂ ਟੀਮਾਂ ਗਰਾਊਂਡ ਚੋਣ ਜੀ ਆਜ਼ਾਦ ਕਬੱਡੀ ਕਲੱਬ ਬੇਨੜਾ ਦੀ ਟੀਮ ਦੇ ਪੁਆਇੰਟ ਨੇ ਬਾਬਾ ਬੁੱਢਾ ਕਬੱਡੀ ਕਲੱਬ ਬੇਨੜਾ ਦੀ ਟੀਮ ਦੇ ਪੁਆਇੰਟ ਨੇ ਦਰਸ਼ਕ ਵੀਰੋ ਸਾਢੇ ਬਿਆਲੀ ਆਜ਼ਾਦ ਕਬੱਡੀ ਕਲੱਬ ਹਰਿਆਣਾ ਦੀ ਟੀਮ ਦੇ ਪੁਆਇੰਟ ਨੇ ਦੋ ਚੌਕੇ 44 ਤਾੜੀ ਮਾਰਦੇ ਦਰਸ਼ਕ ਵੀਰੋ ਸਾਢੇ ਬਿਆਲੀ ਤੇ 44 ਸਾਢੇ ਬਿਆਲੀ ਤੇ 44 ਦੇ ਪੁਆਇੰਟ ਸੰਸਾਰ ਸੰਧੂ ਸਰਪੰਚ ਉਹਨਾਂ ਨੂੰ ਪਹਿਲੇ ਮੈਚ ਦੀ ਮੁਬਾਰਕਬਾਦ ਆ ਲੋ ਵੀ ਦੋਸਤੋ ਇਹ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਜਿਹੜੀ ਹੈ ਹਰਿਆਣਾ ਦੀ ਟੀਮ ਵਿਨਰ ਰਹੀ ਹੈ ਪਰ ਬੈਸਟ ਹਰਿਆਣਾ ਵਾਲੇ ਖਿਡਾਰੀ ਹੈ ਉਹ ਦੋਨੋਂ ਹੀ ਜਿਹੜੇ ਖਿਡਾਰੀ ਨੇ ਉਹ ਬੇਨੜਾ ਦੀ ਟੀਮ ਦੇ ਇੱਕ ਸੀ ਸੰਦੀਪ ਲੁੱਧੜ ਔਰ ਦੂਸਰੇ ਪਾਸੇ ਸੀ ਨਿੰਦੀ ਬੇਨੜਾ ਦੋਸਤੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਤੁਹਾਨੂੰ ਰਿਕੁਐਸਟ ਹੈ ਕਿ ਸਾਡੇ ਇਸ ਯੂਟਿਊਬ ਚੈਨਲ ਨੂੰ ਇਸ ਲਿੰਕ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅੱਗੇ ਤੋਂ ਵੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਨਾਲ ਹੀ ਸਾਡੀਆਂ ਵੀਡੀਓਜ਼ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ